हेलो एवरीबॉडी, वेलकम टू द पीसीएस हब। मेरा नाम है गगनप्रीत कौर, ते आई एम फ्रॉम आईआईटी दिल्ली। अज आप डिस्कस करन जा रहे हैं 19 ते 20 फरवरी का ट्रिब्यून का न्यूज़पेपर, अपनी डेली ट्रिब्यून न्यूज़ एनालिसिस की सीरीज़। जिमें कि तुम जानते हो कि ये सीरीज़ 10 फरवरी तो शुरू हो चुकी है, तो असी ट्रिब्यून न्यूज़पेपर इसलिए चूज़ किया है क्योंकि ट्रिब्यून एक अजा न्यूज़पेपर है जिस विच नॉट जस्ट नैशनल न्यूज़ बट स्टेट स्पैसिफिक, पंजाब स्पैसिफिक स्कीम्स ते पॉलिसीज़ भी कवर होंदिया ने, ते उन्हां दा क्रिटिकल एनालिसिस आंदा इन्हां दे एडिटोरियल विच। इसलिए पंजाब सिविल सर्विसेज दे एग्जाम लई बहुत वधिया न्यूज़पेपर है, ते पंजाब दे जिहड़े टॉपर्स रहे ने ते जिहड़े सीरियस कैंडीडेट्स ने उन्हां दे डेली रूटीन दा इह बहुत इंपोर्टेंट पार्ट हुंदा है। यूट्यूब ते बहुत घट चैनल्स ने जिथे तुहानूं ट्रिब्यून दा अच्छा एनालिसिस मिल जाएगा, ते उहदा न्यूज़ दा कनैक्शन तुहानूं एग्जाम दे क्वेश्चन नाल मिलेगा। ਤੁਹਾਨੂੰ ਦਾ ਹਿੰਦੂ ਦਾ ਐਨਾਲਿਸਿਸ ਮਿਲ ਜਾਏਗਾ, ਤੁਹਾਨੂੰ ਦਾ ਇੰਡੀਅਨ ਐਕਸਪ੍ਰੈਸ ਦਾ ਐਨਾਲਿਸਿਸ ਮਿਲ ਜਾਏਗਾ, ਬਟ ਟ੍ਰਿਬਿਊਨ ਦਾ ਐਨਾਲਿਸਿਸ ਨਹੀਂ ਮਿਲ ਰਿਹਾ। ਇਸੀ ਕਮੀ, ਇਸੀ ਨੀਡ ਨੂੰ ਫੁਲਫਿਲ ਕਰਨ ਲਈ ਅਸੀਂ ਦ ਪੀ ਸੀ ਐੱਸ ਹੱਬ, ਜੋ ਕਿ ਦੀ ਆਈ ਐੱਸ ਹੱਬ ਚੰਡੀਗੜ੍ਹ ਦਾ ਹੀ ਇੱਕ ਸਟੇਟ ਪੰਜਾਬ ਸਿਵਲ ਸਰਵਿਸਿਜ਼ ਫੋਕਸ ਯੂਟਿਊਬ ਚੈਨਲ ਹੈ, ਇੱਥੇ ਅਸੀਂ ਸ਼ੁਰੂ ਕੀਤੀ ਹੈ ਡੇਲੀ ਟ੍ਰਿਬਿਊਨ ਨਿਊਜ਼ ਐਨਾਲਿਸਿਸ। 10 ਫਰਵਰੀ ਤੋਂ ਇਹ ਸ਼ੁਰੂ ਹੋਈ ਹੈ। ਇਸ ਵਿੱਚ ਮੈਂ ਗਗਨਪ੍ਰੀਤ ਕੌਰ ਰੋਜ਼ ਸਵੇਰੇ 10 ਵਜੇ ਤੁਹਾਡੇ ਨਾਲ ਮੰਡੇ ਟੂ ਸੈਟਰਡੇ ਲਾਈਵ ਟ੍ਰਿਬਿਊਨ ਅਤੇ ਸਭ ਤੋਂ ਇੰਪੋਰਟੈਂਟ ਆਰਟੀਕਲਸ ਡਿਸਕਸ ਕਰਦੀ ਹਾਂ। ਅਤੇ ਇਹ ਸੀਗਾ ਇੰਟਰੋਡਕਸ਼ਨ, ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਸਭ ਤੋਂ ਇੰਪੋਰਟੈਂਟ ਆਰਟੀਕਲਸ। ਦੇਖੋ, ਕੱਲ੍ਹ ਸੀਗਾ ਸੰਡੇ, ਵੈਸੇ ਤਾਂ ਸੰਡੇ ਨੂੰ ਲਾਈਵ ਕਲਾਸ ਨਹੀਂ ਹੁੰਦੀ ਹੈ, ਬਟ ਸੰਡੇ 'ਤੇ ਅਸੀਂ ਆਰਟੀਕਲ ਮੰਡੇ ਦੀ ਕਲਾਸ ਵਿੱਚ ਇੰਕਲੂਡ ਕਰਦੇ ਹਾਂ, ਠੀਕ ਹੈ। ਅਤੇ ਕੱਲ੍ਹ ਇੱਕ ਬਹੁਤ ਇੰਪੋਰਟੈਂਟ ਚੀਤੇ ਦੇ ਉੱਪਰ ਆਰਟੀਕਲ ਆਇਆ। ਦੇਖੋ, ਚੀਤਾ ਬਹੁਤ ਇੰਡੀਆ ਲਈ, ਇੰਡੀਆ ਦਾ ਨੈਸ਼ਨਲ ਐਨੀਮਲ ਹੈ, ਅਤੇ ਇਸਦੇ ਉੱਪਰ ਪ੍ਰੋਜੈਕਟ ਚੱਲ ਰਿਹਾ ਹੈ, ਪ੍ਰੋਜੈਕਟ ਚੀਤਾ। ਉਸ ਦੇ ਨਾਲ ਰਿਲੇਟਡ ਬਹੁਤ ਇੰਪੋਰਟੈਂਟ ਆਰਟੀਕਲ ਆਇਆ ਹੈ। ਦਿਸ ਇਜ਼ ਇੰਪੋਰਟੈਂਟ ਫਰੋਮ ਪ੍ਰੀਲਿਮਸ ਐਜ ਵੈਲ ਐਸ ਮੇਨਸ ਪਰਸਪੈਕਟਿਵ, ਠੀਕ ਹੈ। ਪ੍ਰੀਲਿਮਸ ਵਿੱਚ ਇਨਵਾਇਰਮੈਂਟ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਡਿਫੀਕਲਟ ਏਰੀਆ ਹੁੰਦਾ ਹੈ, ਹਰ ਸਾਲ ਬਦਲਦੇ ਰਹਿੰਦੇ ਨੇ ਇਹਨਾਂ 'ਚੋਂ ਕੁਐਸ਼ਨਸ, ਕੋਈ ਸਪੈਸੀਫਿਕ ਕਿਤਾਬ ਨਹੀਂ ਐਡਰੈਸ ਕਰਦੀ ਇਹ ਏਰੀਆ ਨੂੰ। ਤਾਂ ਟ੍ਰਿਬਿਊਨ ਨੂੰ ਤੁਸੀਂ ਜ਼ਰੂਰ ਸੀਰੀਅਸਲੀ ਲਓ ਜਦੋਂ ਇਨਵਾਇਰਮੈਂਟ ਦਾ ਕੋਈ ਵੀ ਆਰਟੀਕਲ ਇਸ 'ਚ ਆਉਂਦਾ ਹੈ। ਮੇਨਸ ਲਈ ਵੀ ਇੰਪੋਰਟੈਂਟ ਹੈ, ਮੇਨਸ ਦੇ GS1 ਲਈ ਇੰਪੋਰਟੈਂਟ ਹੈ, ਐਂਡ ਦਿਸ ਟੋਪਿਕ ਇਜ਼ ਇੰਪੋਰਟੈਂਟ ਬੋਥ ਫੋਰ UPSC ਐਂਡ PCS, ਠੀਕ ਹੈ। ਨੈਕਸਟ ਜਿਹੜਾ ਆਪਣਾ ਅੱਜ ਦਾ ਪੰਜਾਬ ਰਿਲੇਟਡ ਜਿਹੜਾ ਆਰਟੀਕਲ, ਬਹੁਤ ਇੰਪੋਰਟੈਂਟ ਇਸ਼ੂ ਇਹਨਾਂ ਨੇ ਚੱਕਿਆ ਹੈ, ਗਰਾਊਂਡ ਵਾਟਰ ਦੀ ਜਿਹੜੀ ਪ੍ਰੋਬਲਮ ਹੈ। ਤੁਹਾਨੂੰ ਮੈਂ ਇੱਕ ਦੋ ਕਲਾਸਿਸ ਪਹਿਲਾਂ ਦੱਸਿਆ ਸੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਇੱਕ ਰਿਪੋਰਟ ਆਈ ਸੀ ਜਿਸ 'ਚ ਉਹਨਾਂ ਨੇ ਕਿਹਾ ਸੀਗਾ ਕਿ ਅਗਲੇ ਕੁਝ ਸਾਲਾਂ ਵਿੱਚ ਪੰਜਾਬ ਦਾ ਪਾਣੀ, ਗਰਾਊਂਡ ਵਾਟਰ ਖਤਮ ਹੋ ਜਾਣਾ ਹੈ। ਦੇਖੋ, ਪੰਜਾਬ ਦਾ ਨਾਮ ਹੀ ਨਦੀਆਂ ਤੋਂ ਬਣਿਆ, ਪਾਣੀ ਤੋਂ ਬਣਿਆ, ਅਤੇ ਉੱਥੇ ਇਹ ਹਾਲਾਤ ਆ ਗਏ ਨੇ ਕਿ ਗਰਾਊਂਡ ਵਾਟਰ ਖਤਮ ਹੋਣ ਦੇ ਹਾਲਾਤ ਆ ਗਏ ਨੇ। ਇਹ ਆਪਾਂ ਡਿਟੇਲ ਵਿੱਚ ਦੇਖਾਂਗੇ। ਵੈਰੀ ਇੰਪੋਰਟੈਂਟ ਫਰੋਮ ਪੰਜਾਬ PCS ਪ੍ਰੀਲਿਮਸ ਮੇਨਸ ਐਂਡ ਇੰਟਰਵਿਊ, ਠੀਕ ਹੈ। ਫਿਰ ਆਪਾਂ ਦੇਖਾਂਗੇ ਕਿ ਨੈਸ਼ਨਲ ਪਾਰਟਨਰ ਰਿਲੇਟਡ UPSC 'ਚ ਪ੍ਰੀਲਿਮਸ 'ਚ 2015 ਦਾ ਇੱਕ ਬੜਾ ਪਿਆਰਾ ਕੁਸ਼ਚਨ ਆਇਆ ਹੈ। ਵੈਸੇ ਤਾਂ ਬਹੁਤ ਕੁਸ਼ਚਨ ਆਉਂਦੇ ਆ ਨੈਸ਼ਨਲ ਪਾਰਟਨਰ ਰਿਲੇਟਡ, ਇਹ ਕੁਸ਼ਚਨ ਆਪਾਂ ਦੇਖ ਲਾਂਗੇ ਬਿਕੋਜ਼ ਇਹ ਥੋੜ੍ਹਾ ਡਿਫੀਕਲਟ ਸੀਗਾ। ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਫਸਟ ਟੋਪਿਕ ਤੋਂ, ਚੀਤੇ ਦਾ ਟੋਪਿਕ ਹੈ। ਦੇਖੋ, ਨਿਊਜ਼ ਦੇਖੋ ਪਹਿਲਾਂ ਕੀ ਹੈ, ਫਿਰ ਆਪਾਂ ਉਹਦੇ ਪਿੱਛੇ ਕੋਨਸੈਪਟ ਸਮਝਾਂਗੇ, ਐਗਜ਼ਾਮ ਰਿਲੇਟਡ ਕੋਨਸੈਪਟ ਦੇਖਾਂਗੇ ਕੀ ਨੇ। ਨਿਊਜ਼ ਇਹ ਹੈ ਕਿ 12 ਜਿਹੜੇ ਅਫਰੀਕਨ ਚੀਤੇ ਨੇ ਜਿਹੜੇ ਇੰਡੀਆ 'ਚ ਲਿਆਏ ਗਏ ਨੇ, ਉਹ ਪਹਿਲਾਂ ਸੀਗੇ ਕੁਆਰੰਟੀਨ 'ਚ, ਇੰਡੀਆ 'ਚ ਲੈ ਕੇ ਆਉਂਦੇ ਗਏ ਸੀਗੇ, ਬਟ ਉਹ ਹਜੇ ਤੱਕ ਕੁਆਰੰਟੀਨ 'ਚ ਰੱਖੇ ਹੋਏ ਸੀ, ਅਤੇ ਹੁਣ ਉਹ ਵਾਈਲਡ ਵਿੱਚ ਛੱਡ ਦਿੱਤੇ ਗਏ ਨੇ। ਕੀ ਮਤਲਬ ਹੈ ਕੁਆਰੰਟੀਨ ਦਾ? ਦੇਖੋ, ਪੈਂਡੈਮਿਕ ਤੋਂ ਬਾਅਦ ਨਾ ਕੁਆਰੰਟੀਨ ਹਰ ਬੰਦੇ ਦੇ ਮੂੰਹ 'ਤੇ ਚੜ੍ਹ ਗਿਆ ਹੈ। ਕੁਆਰੰਟੀਨ ਦਾ ਉਹੀ ਮਤਲਬ ਹੈ ਇੱਥੇ ਵੀ ਜਿੱਥੇ ਪੈਂਡੈਮਿਕ 'ਚ ਜੋ ਮਤਲਬ ਸੀਗਾ। ਕੁਆਰੰਟੀਨ ਮਤਲਬ ਉਹਨਾਂ ਨੂੰ ਇੱਕ ਸਪੈਸੀਫਿਕ ਏਰੀਆ ਵਿੱਚ ਕਨਫਾਈਨ ਕਰ ਦਿੱਤਾ ਗਿਆ, ਬੰਦ ਕਰ ਦਿੱਤਾ ਗਿਆ ਛੋਟੇ ਛੋਟੇ ਕਮਰਿਆਂ 'ਚ, ਤਾਂ ਕਿ ਉਹ ਜਦੋਂ ਅਫਰੀਕਾ ਦੇ ਕਲਾਈਮੇਟ ਤੋਂ ਇੰਡੀਆ ਵਿੱਚ ਆਉਂਦੇ ਨੇ ਤਾਂ ਕੁਛ ਟਾਈਮ ਉਹਨਾਂ ਨੂੰ ਕੁਆਰੰਟੀਨ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਉਹ ਇੰਡੀਆ ਦਾ ਜਿਹੜਾ ਕਲਾਈਮੇਟ ਹੈ ਉੱਥੋਂ ਐਡਜਸਟ ਕਰ ਸਕਣ, ਠੀਕ ਹੈ। ਉਹਨਾਂ ਨੂੰ ਕੋਈ ਬਿਮਾਰੀ ਨਾ ਹੋ ਜਾਵੇ, ਇਹਦੇ ਨਾਲ ਨਾਲ ਹੀ ਇੱਥੇ ਕੋਈ ਬਿਮਾਰੀ ਨਾ ਫੈਲੇ ਉਹਨਾਂ ਵੱਲੋਂ, ਤਾਂ ਪ੍ਰੋਪਰ ਉਹਨਾਂ ਦੀ ਵੈਕਸੀਨੇਸ਼ਨ ਹੁੰਦੀ ਹੈ, ਇਹਨਾਂ ਚੀਜ਼ਾਂ ਦਾ, ਬਿਮਾਰੀਆਂ ਦਾ ਖਿਆਲ ਰੱਖਿਆ ਜਾਂਦਾ ਹੈ, ਕੋਈ ਜ਼ੂਨੋਟਿਕ ਡਿਜ਼ੀਜ਼ ਯਾਨੀ ਕਿ ਜਾਨਵਰਾਂ ਤੋਂ ਇਨਸਾਨਾਂ ਵੱਲ ਕੋਈ ਪ੍ਰੋਬਲਮ ਨਾ ਪਹੁੰਚੇ, ਕੋਈ ਡਿਜ਼ੀਜ਼ ਨਾ ਪਹੁੰਚੇ, ਅਤੇ ਇਹਨਾਂ ਦੀ ਵੀ ਹੈਲਥ ਖਰਾਬ ਨਾ ਹੋਵੇ। ਕਿਉਂਕਿ ਪਿਛਲੇ ਜਿਹੜੇ ਕੁਛ ਹਿਸਟਰੀ ਜਿਹੜੀ ਰਹੀ ਹੈ, ਜਦੋਂ ਇੱਦਾਂ ਟ੍ਰਾਂਸਫਰ ਹੁੰਦਾ ਹੈ ਜਾਨਵਰਾਂ ਦਾ ਤਾਂ ਉਹ ਜਲਦੀ ਐਡਜਸਟ ਨਹੀਂ ਕਰ ਪਾਉਂਦੇ ਉੱਥੋਂ ਦੇ ਕਲਾਈਮੇਟ ਨਾਲ, ਉੱਥੋਂ ਦੀ ਵਾਈਲਡ ਲਾਈਫ ਨਾਲ, ਅਤੇ ਇਸ ਕਰਕੇ ਕਈ ਵਾਰ ਹੁੰਦਾ ਹੈ ਕਿ ਉਹ ਚੀਤੇ ਮਰ ਜਾਂਦੇ ਨੇ ਜਾਂ ਉਹ ਜਾਨਵਰ ਮਰ ਜਾਂਦੇ ਨੇ। ਇਹ ਪ੍ਰੀਕੋਸ਼ਨ ਲਿਆ ਜਾਂਦਾ ਹੈ ਤਾਂ ਕਿ ਉਹ ਐਡਜਸਟ ਕਰ ਜਾਣ, ਅਤੇ ਉਹਨਾਂ ਨੂੰ ਕੋਈ ਉਹਨਾਂ ਦੀ ਹੈਲਥ ਨੂੰ ਕੋਈ ਇਸ਼ੂ ਨਾ ਹੋਣ। ਅਤੇ ਇਹ ਜਿਹੜੇ 12 ਚੀਤੇ ਸੀ,
ਇਹ ਹੁਣ ਸੰਡੇ ਦੀ ਨਿਊਜ਼ ਹੈ ਕਿ ਇਹ ਵਾਈਲਡ ਵਿੱਚ ਜੰਗਲਾਂ ਵਿੱਚ ਛੱਡ ਦਿੱਤੇ ਗਏ ਨੇ ਆਪਣੇ ਨੈਚੁਰਲ ਹੈਬੀਟੈਟ ਵਿੱਚ। ਇਹ ਨਿਊਜ਼ ਹੈ। ਹੁਣ ਦੇਖੋ ਇਹ ਨਿਊਜ਼ ਇੰਪੋਰਟੈਂਟ ਕਿਉਂ ਹੈ, ਕਿਉਂਕਿ ਚੀਤਾ ਆਪਣਾ ਨੈਸ਼ਨਲ ਐਨੀਮਲ ਹੈ ਅਤੇ ਚੀਤਾ ਦੀ ਜਿਹੜੀ ਬ੍ਰੀਡ ਇੰਡੀਆ ਵਿੱਚ ਪਾਈ ਜਾਂਦੀ ਹੈ ਜਿਹਦਾ ਨਾਮ ਹੈ ਏਸ਼ੀਅਨ ਚੀਤਾ, ਉਹ ਇੰਡੀਆ ਵਿੱਚ ਐਕਸਟਿੰਕਟ ਹੋ ਚੁੱਕਿਆ ਹੈ। ਮਤਲਬ ਕਿ ਇੰਡੀਆ ਵਿੱਚ ਇੱਕ ਵੀ ਚੀਤਾ ਨਹੀਂ ਪਾਇਆ ਜਾ ਰਿਹਾ। ਇੰਡੀਆ ਵਿੱਚ ਜਿਹੜਾ ਲਾਸਟ ਚੀਤਾ ਸੀ ਉਹ ਵੀ ਮਰ ਚੁੱਕਿਆ ਅਤੇ ਇਹਦੀ ਪੂਰੀ ਪੂਰੀ ਨਸਲ ਖਤਮ ਹੋ ਚੁੱਕੀ ਹੈ ਇੰਡੀਆ 'ਚੋਂ, ਠੀਕ ਹੈ। ਹੁਣ ਦੇਖੋ ਇਹ ਚੀਤਾ ਇੰਡੀਆ ਲਈ ਬਹੁਤ ਪ੍ਰਾਈਡ ਦੀ ਗੱਲ ਸੀਗੀ, ਠੀਕ ਹੈ, ਨੈਸ਼ਨਲ ਐਨੀਮਲ ਵੀ ਸੀਗਾ। ਅਤੇ ਚੀਤੇ ਦੀ ਜਿਹੜੀ ਪ੍ਰੋਬਲਮ ਹੈ ਇਹਨੂੰ ਐਡਰੈਸ ਕਰਨ ਲਈ ਪ੍ਰੋਜੈਕਟ ਚੀਤਾ ਸ਼ੁਰੂ ਕੀਤਾ ਗਿਆ ਸੀਗਾ ਅਤੇ ਇਸ ਵਿੱਚ ਇਹਦੇ ਤਹਿਤ ਹੀ ਹੁਣ ਅਫਰੀਕਾ ਤੋਂ ਚੀਤੇ ਲਿਆਏ ਜਾ ਰਹੇ ਨੇ ਇੰਡੀਆ ਵਿੱਚ ਦੁਬਾਰਾ ਚੀਤੇ ਦੀ ਪਾਪੂਲੇਸ਼ਨ ਨੂੰ ਦੁਬਾਰਾ ਸ਼ੁਰੂ ਕਰਨ ਲਈ। ਅਤੇ ਇਹ ਜਿਹੜੇ ਚੀਤੇ ਜਿਹੜੇ ਆਏ ਨੇ, ਹੁਣ ਦੇਖੋ 8 ਪਹਿਲਾਂ ਆਏ ਸੀ, 12 ਹੁਣ ਆਏ ਨੇ, ਟੋਟਲ 20 ਚੀਤੇ ਇੰਡੀਆ ਵਿੱਚ ਹੋ ਚੁੱਕੇ ਨੇ। ਅਤੇ ਇਹ ਸਾਰੇ ਚੀਤੇ ਇਸ ਏਰੀਆ ਵਿੱਚ ਐਡਜਸਟ ਕੀਤੇ ਗਏ ਆ, ਕੂਨੋ ਨੈਸ਼ਨਲ ਪਾਰਕ ਜੋ ਕਿ ਮੱਧ ਪ੍ਰਦੇਸ਼ ਵਿੱਚ ਹੈ, ਠੀਕ ਹੈ। ਹੁਣ ਆਪਾਂ ਅੱਗੇ ਦੇਖਾਂਗੇ ਕਿ ਵਾਈ ਦਿਸ ਏਰੀਆ, ਇਹੀ ਕਿਉਂ ਚੂਜ਼ ਕੀਤਾ ਗਿਆ। ਦੇਖੋ ਇਹ ਹੋ ਗਈ ਆਪਣੀ ਨਿਊਜ਼। ਹੁਣ ਆਪਾਂ ਪਹਿਲਾਂ ਇਹ ਦੇਖ ਲਈਏ ਕਿ ਅਫਰੀਕਨ ਚੀਤਾ, ਦੇਖੋ ਇੰਡੀਆ ਵਿੱਚ ਪਾਇਆ ਜਾਂਦਾ ਸੀਗਾ ਏਸ਼ੀਅਨ ਚੀਤਾ। ਏਸ਼ੀਅਨ ਚੀਤਾ ਸੀਗਾ ਇਹੋ ਜਿਹਾ ਦਿਖਦਾ, ਲਾਈਟ ਕਲਰ ਦੀ ਸਕਿਨ ਹੈ ਉਹਦੀ, ਆਈਜ਼ ਦਾ ਜਿਹੜਾ ਅੱਖਾਂ ਦਾ ਰੰਗ ਹੈ ਉਹ ਰੈਡਿਸ਼ ਹੈ। ਅਤੇ ਜਿਹੜਾ ਅਫਰੀਕਨ ਚੀਤਾ ਜਿਹੜਾ ਅਫਰੀਕਾ ਤੋਂ ਸਾਊਥ ਅਫਰੀਕਾ ਤੋਂ ਹੁਣ ਲਿਆਂਦਾ ਜਾ ਰਿਹਾ ਉਹ ਇਹੋ ਜਿਹਾ ਦਿਖਦਾ। ਦੇਖੋ ਉਹ ਬਲੈਕ ਸਕਿਨ ਹੈ ਉਹਦੀ, ਆਹ ਵੀ ਆਹ ਜਿਹੜੀ ਲਾਈਨ ਹੈ ਮੂੰਹ ਦੇ ਸਾਈਡ 'ਤੇ ਇਹ ਵੀ ਬਹੁਤ ਥਿੱਕ ਹੈ। ਅਤੇ ਆਹ ਦੇਖੋ ਜਰਾਰੀ ਅੱਖਾਂ ਨੇ ਇਹਦੀਆਂ, ਅਤੇ ਆਈਜ਼ ਦਾ ਕਲਰ ਯੈਲੋਇਸ਼ ਹੈ। ਤੁਸੀਂ ਡਿਫਰੈਂਸ ਦੇਖੋ, ਵੈਸੇ ਡਿਫਰੈਂਸ ਆਏਗਾ ਨਹੀਂ, ਬਟ ਜਸਟ ਟੂ ਰੈਕਗਨਾਈਜ਼ ਕਿ ਇਹ ਏਸ਼ੀਅਨ ਚੀਤਾ ਹੈ ਜੋ ਕਿ ਇੰਡੀਆ ਵਿੱਚ ਐਕਸਟੈਂਟ ਹੋ ਚੁੱਕਿਆ ਹੈ, ਅਤੇ ਇਹ ਹੈ ਅਫਰੀਕਨ ਚੀਤਾ ਜਿਹੜਾ ਕਿ ਇੰਡੀਆ ਵਿੱਚ ਇੰਟਰੋਡਿਊਸ ਕੀਤਾ ਜਾ ਰਿਹਾ, ਠੀਕ ਹੈ। ਹੁਣ ਅਫਰੀਕਨ ਚੀਤਾ ਬਾਰੇ ਆਪਾਂ ਦੇਖ ਲਈਏ, ਅਫਰੀਕਨ ਚੀਤਾ ਦਾ ਜਿਹੜਾ ਸਾਇੰਟਿਫਿਕ ਨੇਮ ਹੈ, ਦੇਖੋ ਇਹ ਤੁਹਾਨੂੰ UPSC ਵਿੱਚ ਮਲਟੀਪਲ ਸਟੇਟਮੈਂਟਸ ਜਿਹੜੇ ਅੱਜ ਕੱਲ੍ਹ ਟ੍ਰੈਂਡ ਆ ਗਿਆ ਆਉਣ ਦਾ, ਉਸ 'ਚ ਇੱਕ ਸਟੇਟਮੈਂਟ ਇਹ ਆ ਸਕਦਾ। PCS ਵਿੱਚ ਵੀ ਮਲਟੀਪਲ ਸਟੇਟਮੈਂਟਸ, UPSC ਦੀ ਲਾਈਨਸ 'ਤੇ ਹੀ ਹੁਣ ਪੈਟਰਨ ਸ਼ੁਰੂ ਹੋ ਗਿਆ ਹੈ PCS ਦੇ ਪ੍ਰੀਲਿਮਸ ਦਾ, ਮੇਨਸ ਦਾ, ਮਲਟੀਪਲ ਸਟੇਟਮੈਂਟ ਆ ਸਕਦੇ ਆ, ਸਟੇਟਮੈਂਟ 1, ਸਟੇਟਮੈਂਟ 2, ਤਾਂ ਇੱਕ ਸਟੇਟਮੈਂਟ ਇਹੋ ਜਿਹਾ ਹੋ ਸਕਦਾ ਹੈ। ਤਾਂ ਇਸ ਲਈ ਤੁਹਾਨੂੰ ਉਹਦਾ ਸਾਇੰਟਿਫਿਕ ਨੇਮ ਐਗਜੈਕਟਲੀ ਯਾਦ ਨਾ ਕਰੋ। ਦੇਖੋ ਸਾਇੰਟਿਫਿਕ ਨੇਮ ਹੈ ਐਸੀਨੋਨਿਕਸ ਜੁਪੈਟਸ। ਹੁਣ ਇਹ ਬਹੁਤ ਡਿਫਿਕਲਟ ਨਾਮ ਹੈ, ਤੁਹਾਨੂੰ ਯਾਦ ਵੀ ਨਹੀਂ ਹੋਣਾ, ਇਹਦਾ ਕੋਸਟ ਬੈਨੀਫਿਟ ਰੇਸ਼ੋ ਬਹੁਤ ਘੱਟ ਹੈ, ਤੁਸੀਂ ਬਹੁਤ ਟਾਈਮ ਲਾਓਗੇ ਯਾਦ ਕਰਨ 'ਤੇ, ਫਿਰ ਐਗਜ਼ਾਮ 'ਚ ਨਾ ਆਵੇ। ਜਸਟ ਰਿਮੈਂਬਰ ਕਿ ਫਸਟ ਜਿਹੜਾ ਵਰਡ ਹੈ ਏ ਤੋਂ ਸ਼ੁਰੂ ਹੋ ਰਿਹਾ ਹੈ, ਸੈਕਿੰਡ ਹੈ ਜੇ ਤੋਂ, ਬਸ। ਅਤੇ ਜਿਹੜਾ ਏਸ਼ੀਅਨ ਚੀਤਾ ਹੈ ਉਹਦੇ ਨਾਮ ਵਿੱਚ ਏ ਤਾਂ ਆ ਹੀ ਰਿਹਾ, ਏ ਅਤੇ ਜੇ, ਐਸੀਨੋਨਿਕਸ ਜੁਬੈਟਸ, ਨਾਲ ਵੀ ਤੋਂ ਕੋਈ ਵਰਡ ਆ ਰਿਹਾ, ਵਿਨੈਟਿਕਸ। ਨਾਮ ਯਾਦ ਰੱਖਣ ਦੀ ਲੋੜ ਨਹੀਂ ਹੈ, ਇੱਕ ਏ ਜੇ ਹੈ, ਇੱਕ ਏ ਜੇ ਵੀ ਹੈ। ਜੇ ਏ ਜੇ ਅਤੇ ਏ ਜੇ ਵੀ ਨਹੀਂ ਯਾਦ ਹੋ ਰਿਹਾ ਤਾਂ ਬਸ ਇਹ ਯਾਦ ਰੱਖੋ ਜਿਹੜਾ ਅਫਰੀਕਨ ਹੈ ਉਹਦੇ 2 ਵਰਡਸ ਆ ਰਹੇ ਨੇ ਉਹਦੇ ਨਾਮ ਵਿੱਚ, ਇਹ 'ਚ 3 ਵਰਡਸ ਆ ਰਹੇ ਨੇ ਬਸ, ਅਤੇ ਤੀਜਾ ਵੀ ਤੋਂ ਸ਼ੁਰੂ ਹੋ ਰਿਹਾ, ਠੀਕ ਹੈ। ਅਤੇ ਦੇਖੋ ਡਿਸਟ੍ਰੀਬਿਊਸ਼ਨ ਦੇਖੋ, ਹੁਣ ਵਾਏ ਦੇਖੋ ਏਸ਼ੀਅਨ ਚੀਤਾ ਜਿਹੜਾ ਹੈ ਇਹ ਈਰਾਨ ਵਿੱਚ ਵੀ ਪਾਇਆ ਜਾਂਦਾ ਹੈ, ਇਟ ਇਜ਼ ਫਾਊਂਡ ਇਨ ਈਰਾਨ, ਬਟ ਈਰਾਨ ਤੋਂ ਨਹੀਂ ਲੈ ਕੇ ਆਉਂਦਾ ਗਿਆ। ਦੇਖੋ ਜਿਹੜਾ ਇੰਡੀਆ ਵਿੱਚ ਜਿਹੜਾ ਚੀਤਾ ਪਾਇਆ ਜਾਂਦਾ ਸੀ ਉਹ ਏਸ਼ੀਅਨ ਚੀਤਾ ਸੀਗਾ, ਤਾਂ ਜਿਹੜਾ ਇੰਡੀਆ ਦਾ ਕਲਾਈਮੇਟ ਹੈ, ਇੰਡੀਆ ਦੀ ਵਾਈਲਡ ਲਾਈਫ ਹੈ, ਇੰਡੀਆ ਦਾ ਜਿਹੜਾ ਹੈਬੀਟੈਟ ਹੈ ਨੈਚੁਰਲ, ਉਹ ਏਸ਼ੀਅਨ ਚੀਤੇ ਲਈ ਜ਼ਿਆਦਾ ਸੂਟੇਬਲ ਹੈ। ਬਟ ਏਸ਼ੀਅਨ ਚੀਤਾ ਪੂਰੇ ਏਸ਼ੀਆ ਵਿੱਚ ਸਿਰਫ ਈਰਾਨ ਵਿੱਚ ਪਾਇਆ ਜਾਂਦਾ ਹੈ। ਵੈਰੀ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਨਾ, ਕਿ ਏਸ਼ੀਅਨ ਚੀਤਾ ਪੂਰੇ ਏਸ਼ੀਆ ਵਿੱਚ ਸਿਰਫ ਈਰਾਨ ਵਿੱਚ ਹੀ ਪਾਇਆ ਜਾ ਰਿਹਾ ਹੈ, ਇੰਡੀਆ ਵਿੱਚ ਸੀਗਾ ਬਟ ਖਤਮ ਹੋ ਗਿਆ। ਅਤੇ ਈਰਾਨ ਵਿੱਚ ਵੀ ਬਹੁਤ ਬੁਰੀ ਹਾਲਤ ਹੈ, ਈਰਾਨ ਵਿੱਚ ਵੀ ਸੈਂਕੜਾ ਦੀ ਤਾਦਾਦ ਵਿੱਚ ਹੀ ਨੇ, ਦੈਟਸ ਵਾਈ ਇਟ ਇਜ਼ ਕੈਟਾਗਰਾਈਜ਼ ਐਸ ਕ੍ਰਿਟੀਕਲੀ ਇੰਡੇਂਜਰਡ। ਜਦੋਂ ਸੈਂਕੜਾ ਦੀ ਤਾਦਾਦ ਵਿੱਚ ਉਹਦੀ ਪਾਪੂਲੇਸ਼ਨ ਹੋਵੇ ਨਾ, 100 ਹੀ ਰਹਿ ਗਏ ਨੇ, 100 ਸ਼ੇਰ, 100 ਚੀਤੇ, ਤਾਂ ਉਹ ਕ੍ਰਿਟੀਕਲੀ ਇੰਡੇਂਜਰਡ ਦੀ ਕੈਟਾਗਰੀ 'ਚ ਆਪਣੇ ਆਪ ਆ ਜਾਂਦਾ, ਠੀਕ ਹੈ। ਅਤੇ ਜਿਹੜੀ ਏਸ਼ੀਆ, ਜਿਹੜੀ ਅਫਰੀਕਨ ਚੀਤਾ ਹੈ ਉਹ ਪੂਰੇ ਅਫਰੀਕਨ ਕੋਂਟੀਨੈਂਟ, ਦੇਖੋ ਇੰਨਾ ਵੱਡਾ ਕੋਂਟੀਨੈਂਟ ਹੈ, ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਪਾਏ ਜਾ ਰਹੇ ਨੇ। ਇਸ ਲਈ ਈਰਾਨ ਤੋਂ ਆਪਾਂ ਨਹੀਂ ਲੈ ਕੇ ਆਏ, ਕਿਉਂਕਿ ਈਰਾਨ 'ਚ ਆਲਰੇਡੀ ਪਾਪੂਲੇਸ਼ਨ ਘੱਟ ਹੈ, ਇੰਡੇਂਜਰਡ ਹੈ, ਕ੍ਰਿਟੀਕਲੀ ਇੰਡੇਂਜਰਡ ਹੈ। ਅਤੇ ਏਸ਼ੀਆ, ਅਫਰੀਕਾ ਵਿੱਚ ਜਿਹੜੀ ਉਹਦੀ ਪਾਪੂਲੇਸ਼ਨ ਹੈ ਉਹ ਵਲਨਰੇਬਲ ਹੈ, ਯਾਨੀ ਕਿ ਉਹ ਹਜ਼ਾਰਾਂ ਦੀ ਤਾਦਾਦ ਵਿੱਚ ਹੈ, ਉਹਦੀ ਪਾਪੂਲੇਸ਼ਨ ਨੂੰ ਐਕਸਟਿੰਕਟ ਹੋਣ ਦਾ ਕੋਈ ਖਤਰਾ ਨਹੀਂ ਹੈ, ਬਹੁਤ ਚੀਤੇ ਨੇ ਉੱਥੇ। ਅਤੇ ਫਿਰ ਉੱਥੋਂ ਚੀਤੇ, ਇਸੀ ਲਈ ਡਿਸੀਜਨ ਇਹ ਬਣਿਆ ਕਿ ਈਰਾਨ ਨੂੰ ਰਹਿਣ ਦਿਉ, ਅਸੀਂ ਅਫਰੀਕਨ ਚੀਤੇ ਨੂੰ ਵੀ ਲੈ ਕੇ ਆਉਂਦੇ ਹਾਂ, ਅਤੇ ਉਹ ਹੌਲੀ ਹੌਲੀ ਇੰਡੀਆ ਦੇ ਕਲਾਈਮੇਟ ਨਾਲ ਐਡਜਸਟ ਕਰ ਜਾਏਗਾ। ਫਿਰ ਉਹਦੇ ਲਈ ਕਲਾਈਮੇਟ ਲੱਭਿਆ ਗਿਆ ਕਿ ਇੰਡੀਆ, ਦੇਖੋ ਇੰਡੀਆ ਦੀ ਇੱਕ ਬਹੁਤ ਅੱਛੀ ਸਪੈਸ਼ਲਿਟੀ ਹੈ ਕਿ ਇੰਡੀਆ 'ਚ ਹਰ ਤਰ੍ਹਾਂ ਦਾ ਕਲਾਈਮੇਟ ਮਿਲਦਾ ਹੈ, ਹਰ ਤਰ੍ਹਾਂ ਦਾ ਮੌਸਮ ਮਿਲਦਾ ਹੈ, ਚਾਹੇ ਤੁਸੀਂ ਨੌਰਥ ਈਸਟ ਵਿੱਚ ਚਲੇ ਜਾਓ,
ਚਾਹੇ ਤੁਸੀਂ ਨੌਰਥ ਵੀ ਚਲੇ ਜਾਓ ਸਾਊਥ ਵੀ ਚਲੇ ਜਾਓ ਬਹੁਤ ਵੈਰਾਈਟੀ ਹੈ ਇਸ ਲਈ ਫਿਰ ਅਫਰੀਕਨ ਚੀਤੇ ਦੇ ਹਿਸਾਬ ਦਾ ਕਲਾਈਮੇਟ ਇੰਡੀਆ ਵਿੱਚ ਲੱਭਿਆ ਗਿਆ ਅਤੇ ਉਹ ਤੁਹਾਨੂੰ ਮਿਲਿਆ ਕੂਨੋ ਨੈਸ਼ਨਲ ਪਾਰਕ ਜਿਹੜੇ ਕਿ ਮੱਧ ਪ੍ਰਦੇਸ਼ 'ਚ ਹੈ ਉਹ ਆਪਾਂ ਦੇਖਾਂਗੇ ਉਹਦੀ ਨੈਸ਼ਨਲ ਪਾਰਕ ਦੀ ਕੀ ਸਪੈਸ਼ਲਿਟੀ ਹੈ ਹੁਣ ਆਪਾਂ ਹਜੇ ਇਹ ਕੰਪਲੀਟ ਕਰ ਲਈਏ ਠੀਕ ਹੈ ਇਹ ਮੈਂ ਤੁਹਾਨੂੰ ਦੱਸਦਾ ਕ੍ਰਿਟੀਕਲੀ ਇੰਡੇਂਜਰਡ ਹੈ ਸੈਕੜਾਂ ਦੀ ਤਾਦਾਦ 'ਚ ਸਿਰਫ ਈਰਾਨ 'ਚ ਮਿਲ ਰਿਹਾ ਹੈ ਅਤੇ ਸੈਕਿੰਡ ਪੁਆਇੰਟ ਹੈ ਕਿ ਸਾਈਟਸ ਦੇ ਇਹ ਅਪੈਂਡਿਕਸ ਬਣ ਜਾਂਦਾ ਹੈ ਹੁਣ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਜੇ ਦੱਸਾਂ ਤਾਂ ਇਹ ਇਨਫੋਰਮੇਸ਼ਨ ਸਾਈਟਸ ਵਾਲੀ ਇੰਪੋਰਟੈਂਟ ਇੰਨੀ ਨਹੀਂ ਹੈ ਸਾਈਟਸ ਦਾ ਇੱਕ ਬਹੁਤ ਪਹਿਲਾਂ ਕੁਐਸਚਨ ਆਇਆ ਸੀ ਦੇਖੋ ਸਾਈਟ ਇਜ਼ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਇੰਡੇਂਜਰਡ ਸਪੀਸ਼ੀਜ਼ ਜਿਹੜੇ ਵੀ ਇੰਡੇਂਜਰਡ ਸਪੀਸ਼ੀਜ਼ ਨੇ IUCN ਦੀ ਜਿਹੜੀ ਰੈੱਡ ਲਿਸਟ ਹੁੰਦੀ ਹੈ ਤੁਹਾਨੂੰ ਪਤਾ ਹੈ ਕਿ ਰੈੱਡ ਲਿਸਟ ਹੁੰਦੀ ਹੈ ਉਸ ਵਿੱਚ ਕੈਟਾਗਰਾਈਜ਼ ਕੀਤਾ ਗਿਆ ਹੈ ਕ੍ਰਿਟੀਕਲੀ ਇੰਡੇਂਜਰਡ ਮਤਲਬ ਸਭ ਤੋਂ ਜ਼ਿਆਦਾ ਖਤਰਾ ਹੈ ਉਹਨਾਂ ਦੀ ਪੋਪੂਲੇਸ਼ਨ ਨੂੰ ਫਿਰ ਇੰਡੇਂਜਰਡ ਆਉਂਦੇ ਨੇ ਫਿਰ ਵਲਨਰੇਬਲ ਆਉਂਦੇ ਨੇ ਠੀਕ ਹੈ ਅਤੇ ਇਹ ਜਿਹੜੀ ਲਿਸਟ ਹੈ ਇਸ ਵਿੱਚ ਜਿਹੜੀ ਇੰਡੇਂਜਰਡ ਸਪੀਸ਼ੀਜ਼ ਦੀ ਜਿਹੜੀ ਲਿਸਟ ਬਣਾਈ ਹੈ 3-4 ਕੈਟਾਗਰੀਜ਼ ਬਣਾਈਆਂ ਨੇ ਇਹੀ ਲਿਸਟ ਨੂੰ ਯੂਜ਼ ਕਰਦੀ ਹੈ ਸਾਈਟਸ ਅਤੇ ਇਹ ਕਹਿੰਦੀ ਹੈ ਕਿ ਜਿਹੜੀ ਵੀ ਇੰਡੇਂਜਰਡ ਸਪੀਸ਼ੀਜ਼ ਨੇ ਜਿਨ੍ਹਾਂ ਦੀ ਪੋਪੂਲੇਸ਼ਨ ਖਤਮ ਹੋਣ ਨੂੰ ਖਤਰਾ ਹੈ ਉਹਦਾ ਇੰਟਰਨੈਸ਼ਨਲ ਜਿਹੜਾ ਟ੍ਰੇਡ ਹੁੰਦਾ ਹੈ ਚੀਤੇ ਨੂੰ ਮਾਰਿਆ ਜਾਂਦਾ ਹੈ ਚੀਤੇ ਦੀ ਖੱਲ ਤੁਹਾਨੂੰ ਪਤਾ ਹੈ ਯੂਜ਼ ਹੁੰਦੀ ਹੈ ਫਰ ਬਣਾਉਣ 'ਚ ਯੂਜ਼ ਹੁੰਦੀ ਹੈ ਅਤੇ ਲੋਕ ਸ਼ੌਂਕ ਲਈ ਚੀਤੇ ਨੂੰ ਮਾਰਦੇ ਨੇ ਠੀਕ ਹੈ ਅਤੇ ਇਹ ਜਿਹੜੇ ਇਲੀਗਲ ਇੰਡੇਂਜਰਡ ਸਪੀਸ਼ੀਜ਼ ਦਾ ਜਿਹੜਾ ਟ੍ਰੇਡ ਹੈ ਉਹਦੀ ਖੱਲ ਲਈ ਉਹਦੇ ਕਿਸੇ ਵੀ ਬੋਡੀ ਪਾਰਟ ਲਈ ਇਹ ਇਲੀਗਲ ਹੈ ਅਤੇ ਇਹਨੂੰ ਕੰਟਰੋਲ ਕਰਨ ਲਈ ਹੀ ਇਹ ਕਨਵੈਨਸ਼ਨ ਬਣੀ ਹੈ ਇਹ ਟ੍ਰੀਟੀ ਬਣੀ ਸੀ ਅਤੇ ਇਹਦੇ ਅਪੈਂਡਿਕਸ 1 ਵਿੱਚ ਚੀਤੇ ਦਾ ਨਾਮ ਆਉਂਦਾ ਇਹਦਾ ਮਤਲਬ ਇਹ ਹੈ ਕਿ ਬਹੁਤ ਹੀ ਅਪੈਂਡਿਕਸ 1 'ਚ ਜਿਹੜੇ ਵੀ ਨਾਮ ਆਉਂਦੇ ਨੇ ਜਿਹੜੇ ਵੀ ਜਾਨਵਰਾਂ ਦੇ ਨਾਮ ਆਉਂਦੇ ਨੇ ਉਹਨਾਂ ਦੇ ਇੰਟਰਨੈਸ਼ਨਲ ਟ੍ਰੇਡ ਨੂੰ ਘਟਾਉਣ ਲਈ ਜਾਂ ਖਤਮ ਕਰਨ ਲਈ ਉਹ ਬਹੁਤ ਇੰਪੋਰਟੈਂਟ ਹੁੰਦੇ ਨੇ ਜੇ ਅਪੈਂਡਿਕਸ 1 'ਚ ਨਾਮ ਆ ਗਿਆ ਮਤਲਬ ਉਹਨਾਂ ਦੀ ਕ੍ਰਿਟੀਕਲੀ ਇੰਡੇਂਜਰਡ ਲੈਵਲ ਤੱਕ ਉਹਨਾਂ ਦੀ ਪੋਪੂਲੇਸ਼ਨ ਨੂੰ ਖਤਰਾ ਹੈ ਠੀਕ ਹੈ ਅਤੇ ਇਸ ਦੇ ਨਾਲ ਹੀ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਬਹੁਤ ਫੇਵਰੇਟ ਟੋਪਿਕ ਹੈ UPSC ਅਤੇ ਪੰਜਾਬ PCS ਪ੍ਰੀਲਿਮਸ ਦਾ ਇਹਦੇ ਤੁਹਾਨੂੰ ਸਾਰੇ ਸ਼ੈਡਿਊਲ ਯਾਦ ਹੋਣੇ ਚਾਹੀਦੇ ਨੇ ਇਹਦੇ ਸ਼ੈਡਿਊਲ 2 ਵਿੱਚ ਯਾਦ ਰੱਖਣਾ ਸ਼ੈਡਿਊਲ 1 ਵਿੱਚ ਨਹੀਂ ਹੈ ਸ਼ੈਡਿਊਲ 2 ਵਿੱਚ ਹੈ ਚੀਤੇ ਦਾ ਨਾਮ ਠੀਕ ਹੈ ਅਤੇ ਦੋਨੇ ਏਸ਼ੀਅਨ ਚੀਤਾ ਵੀ ਅਤੇ ਅਫਰੀਕਨ ਚੀਤਾ ਦੋਨੋਂ ਦੀ ਇਹ ਚੀਜ਼ਾਂ ਸਾਈਟਸ ਵਿੱਚ ਅਪੈਂਡਿਕਸ 1 ਅਤੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਵਿੱਚ ਸ਼ੈਡਿਊਲ 2 ਇਹ ਦੋਨੇ ਚੀਤਾਂ ਇਹੀ ਕੈਟੇਗਰੀ ਵਿੱਚ ਆ ਰਹੇ ਨੇ ਇਸ 'ਚ ਡਿਫਰੈਂਸ ਨਹੀਂ ਹੈ ਡਿਫਰੈਂਸ ਸਿਰਫ ਡਿਸਟ੍ਰੀਬਿਊਸ਼ਨ ਆਫ ਪਾਪੂਲੇਸ਼ਨ ਅਤੇ IUCN ਸਟੇਟਸ ਹੈ ਐਂਡ ਸਾਇੰਟਿਫਿਕ ਨੇਮ ਠੀਕ ਹੈ ਅਤੇ ਨੈਕਸਟ ਆਪਾਂ ਦੇਖਦੇ ਹਾਂ ਕਿ ਦੇਖੋ ਜਿਹੜੇ ਏਰੀਆ ਵਿੱਚ ਇੰਟਰੋਡਿਊਸ ਕੀਤਾ ਗਿਆ ਪੂਰੇ ਇੰਡੀਆ ਨੂੰ ਛੱਡ ਕੇ ਆ ਮੱਧ ਪ੍ਰਦੇਸ਼ ਦੇ 2 ਜ਼ਿਲ੍ਹੇ ਨੇ ਸ਼ੇਵਪੁਰ ਅਤੇ ਮੁਰੇਨਾ ਡਿਸਟ੍ਰਿਕਟ ਜਿਹੜੇ ਨੇ ਇੱਥੇ ਫੈਲਿਆ ਹੋਇਆ ਹੈ ਕੂਨੋ ਨੈਸ਼ਨਲ ਪਾਰਕ ਇਜ਼ ਦਾ ਲੇਟੈਸਟ ਨੈਸ਼ਨਲ ਪਾਰਕ 2018 ਵਿੱਚ ਇਹਨੂੰ ਨੈਸ਼ਨਲ ਪਾਰਕ ਦਾ ਸਟੇਟਸ ਦਿੱਤਾ ਗਿਆ ਸੀਗਾ ਅਤੇ ਇਹ ਲੇਟੈਸਟ ਨੈਸ਼ਨਲ ਪਾਰਕ ਐਡ ਹੋਇਆ ਹੈ ਅਤੇ ਇਹੀ ਏਰੀਆ ਕਿਉਂ ਚੂਜ਼ ਕੀਤਾ ਗਿਆ ਕਿਉਂਕਿ ਇੱਥੇ ਪਾਏ ਜਾਂਦੇ ਨੇ ਡਰਾਈ ਡੈਸੀਡੂਅਸ ਫੋਰੈਸਟਸ ਜੋ ਕਿ ਅਫਰੀਕਨ ਜਿਹੜਾ ਚੀਤਾ ਹੈ ਉਹ ਇਹੋ ਜਿਹੇ ਫੋਰੈਸਟਸ ਵਿੱਚ ਹੀ ਸਰਵਾਈਵ ਕਰਦਾ ਹੈ ਹੁਣ ਕਿਹੜੇ ਡਰਾਈ ਇਹਨਾਂ ਦਾ ਲੋਕਲ ਨਾਮ ਕੀ ਹੈ ਦੇਖੋ ਜਨਰਲ ਨਾਮ ਹੈ ਡਰਾਈ ਡੈਸੀਡੂਅਸ ਫੋਰੈਸਟ ਜਿਹੜੇ ਹੋਰ ਵੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਏਰੀਆਜ਼ ਵਿੱਚ ਪਾਏ ਜਾਂਦੇ ਨੇ ਬਟ ਜਿਹੜਾ ਇਹ ਵਾਲਾ ਏਰੀਆ ਹੈ ਇਹਦਾ ਨਾਮ ਹੈ ਕਾਠੀਆਵਾੜ ਗੀਰ ਨੈਸ਼ਨਲ ਪਾਰਕ ਤੁਸੀਂ ਸੁਣਿਆ ਹੋਇਆ ਗੁਜਰਾਤ ਵਿੱਚ ਹੈ ਉਹਦਾ ਵਾਲਾ ਗੀਰ ਅਤੇ ਕਾਠੀਆਵਾੜ ਇਹ ਦੋਨੇ ਵਰਡ ਮਿਲਾ ਕੇ ਜਿਹੜਾ ਡਰਾਈ ਡੈਸੀਡੂਅਸ ਫੋਰੈਸਟ ਨੇ ਇਹ ਇਹਨਾਂ ਨੇ ਦੇਖਿਆ ਕਿ ਸਭ ਤੋਂ ਵਧੀਆ ਕਲਾਈਮੇਟ ਇੱਥੇ ਪਾਇਆ ਜਾ ਰਿਹਾ ਅਤੇ ਪਲੱਸ ਇੱਥੇ ਜਗ੍ਹਾ ਵੀ ਹੈ ਏਰੀਆ ਵੀ ਹੈ ਅਤੇ ਪ੍ਰੀਡੇਟਰਸ ਦੇਖੋ ਜਿਹੜੇ ਚੀਤਾ ਹੈ ਇੱਕ ਪ੍ਰੀਡੇਟਰੀ ਐਨੀਮਲ ਹੈ ਮਤਲਬ ਇਹ ਸ਼ਿਕਾਰ ਕਰਕੇ ਖਾਂਦੀ ਹੈ ਹਿਰਨ ਨੂੰ ਖਾਂਦੀ ਹੈ ਤਾਂ ਇੱਥੇ ਚੀਤੇ ਦਾ ਜਿਹੜਾ ਖਾਣਾ ਹੈ ਚੀਤੇ ਦਾ ਖਾਣਾ ਕੀ ਹੈ ਹਿਰਨ ਵੀ ਬਹੁਤ ਤਾਦਾਦ ਵਿੱਚ ਪਾਏ ਜਾਂਦੇ ਨੇ ਤਾਂ ਜਦੋਂ ਚੀਤੇ ਨੂੰ ਅਸੀਂ ਜੰਗਲਾਂ ਵਿੱਚ ਛੱਡਾਂਗੇ ਤਾਂ ਉਹ ਆਪਣਾ ਸ਼ਿਕਾਰ ਵੀ ਕਰ ਸਕੇਗਾ ਜੇ ਤੁਸੀਂ ਕੁਛ ਇਹੋ ਜਿਹੇ ਡਰਾਈ ਡੈਸੀਡੂਅਸ ਫੋਰੈਸਟ ਚੂਜ਼ ਕਰ ਲਓ ਜਿੱਥੇ ਡੀਅਰ ਨਹੀਂ ਪਾਏ ਜਾਂਦੇ ਜਿੱਥੇ ਹਿਰਨ ਨਹੀਂ ਪਾਏ ਜਾਂਦੇ ਤਾਂ ਚੀਤਾ ਉੱਥੇ ਸਰਵਾਈਵ ਨਹੀਂ ਕਰ ਪਾਏਗਾ ਕਿਉਂਕਿ ਉਹ ਸ਼ਿਕਾਰ ਕਿੱਦਾਂ ਕਰੇਗਾ ਇਟਸ ਅ ਪ੍ਰੀਡੇਟਰੀ ਸਪੀਸ਼ੀਜ਼ ਤਾਂ ਇਸੇ ਕਾਰਨ ਵੀ ਤੁਹਾਨੂੰ ਕੂਨੋ ਨੈਸ਼ਨਲ ਪਾਰਕ ਚੂਜ਼ ਕੀਤਾ ਗਿਆ ਹੁਣ ਇਹ ਵੀ ਤੁਸੀਂ ਯਾਦ ਰੱਖ ਲਓ ਦੇਖੋ ਇਹ ਛੋਟੀ ਛੋਟੀ ਇਨਫੋਰਮੇਸ਼ਨ ਨੇ ਜਿਹੜੀ ਕਿ UPSC ਦੇ ਪ੍ਰੀਲਿਮਸ ਵਿੱਚ ਪੁੱਛ ਲੈਂਦੇ ਨੇ ਕੂਨੋ ਰਿਵਰ ਜਿਹੜਾ ਨੈਸ਼ਨਲ ਪਾਰਕ ਹੈ ਉਸੇ ਨਾਮ ਦੀ ਰਿਵਰ ਹੈ ਇਹ ਇੱਥੋਂ ਵਗਦੀ ਹੈ ਅਤੇ ਇਹ ਕਿਹੜੀ ਰਿਵਰ ਦੀ ਟ੍ਰਿਬਿਊਟਰੀ ਹੈ ਇਹ ਹੈ ਚੰਬਲ ਰਿਵਰ ਦੀ ਟ੍ਰਿਬਿਊਟਰੀ ਚੰਬਲ ਰਿਵਰ ਤੁਸੀਂ ਪੜ੍ਹਿਆ ਹੋਏਗਾ ਜਦੋਂ ਤੁਸੀਂ ਜੋਗ੍ਰਾਫੀ 'ਚ
ਰਿਵਰਸ ਆਫ ਇੰਡੀਆ ਪੜਿਆ ਹੋਏਗਾ, ਉਹਦੀ ਹੀ ਇੱਕ ਟ੍ਰਿਬਿਊਟਰੀ ਹੈ ਕੂਨੋ ਰਿਵਰ। ਅਤੇ ਟ੍ਰਾਈਬ ਇੱਥੇ ਟ੍ਰਾਈਬਸ ਦੇ ਵੀ ਦੇਖੋ ਸਵਾਲ ਆ ਜਾਂਦਾ, ਟ੍ਰਾਈਬਸ ਦੇ ਰੀਜਨਸ ਕਿਹੜੇ ਨੇ? ਤੁਹਾਨੂੰ ਆਪਾਂ ਥੋੜ੍ਹੇ ਦਿਨ ਪਹਿਲਾਂ ਸਟੱਡੀ ਕੀਤਾ ਸੀ ਤ੍ਰਿਪੁਰਾ ਦੇ ਇਲੈਕਸ਼ਨਸ ਆ, ਉੱਥੋਂ ਦੀ ਟ੍ਰਾਈਬਸ ਬਾਰੇ ਪੜਿਆ ਸੀਗਾ ਤ੍ਰਿਪੁਰਾ ਦੀ। ਇਸ 'ਚ ਦੇਖੋ ਇਹ ਵਾਲੇ ਏਰੀਆ ਵਿੱਚ ਜੰਗਲ ਨੇ, ਤਾਂ ਜੰਗਲ ਵਿੱਚ ਕੋਈ ਨਾ ਕੋਈ ਟ੍ਰਾਈਬ ਜ਼ਰੂਰ ਰਹਿੰਦੀ ਹੋਏਗੀ। ਇੱਥੋਂ ਦੀ ਟ੍ਰਾਈਬ ਦਾ ਨਾਮ ਹੈ ਸਹਾਰੀਆ ਟ੍ਰਾਈਬ। ਓਕੇ, ਇਹ ਟੌਪਿਕ ਇੱਥੇ ਖਤਮ ਹੁੰਦਾ ਹੈ। ਹੁਣ ਆਪਾਂ ਪੰਜਾਬ ਸਪੈਸਿਫਿਕ ਜਿਹੜਾ ਟੌਪਿਕ ਹੈ ਕਿ ਪੰਜਾਬ ਵਿੱਚ 140 ਚੈੱਕ ਡੈਮਸ ਇੰਟਰੋਡਿਊਸ ਕੀਤੇ ਜਾ ਰਹੇ ਨੇ ਸਾਰੇ ਏਰੀਆਜ਼ ਵਿੱਚ, ਦੁਆਬਾ, ਮਾਝਾ, ਮਾਲਵਾ ਸਾਰੇ ਏਰੀਆ ਦੇ ਜਿਹੜੇ ਕ੍ਰਿਟੀਕਲ ਡਿਸਟ੍ਰਿਕਟਸ ਨੇ ਜਿੱਥੇ ਗਰਾਊਂਡ ਵਾਟਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ, ਉੱਥੇ ਚੈੱਕ ਡੈਮਸ ਇੰਟਰੋਡਿਊਸ ਕੀਤੇ ਜਾ ਰਿਹਾ। ਦੇਖੋ ਚੈੱਕ ਡੈਮਸ ਕੀ ਹੁੰਦਾ ਹੈ? ਚੈੱਕ ਡੈਮ ਬਾਂਧ ਹੀ ਹੁੰਦਾ ਹੈ ਇੱਕ ਤਰ੍ਹਾਂ ਦਾ, ਜਿਵੇਂ ਨੋਰਮਲ ਤੁਹਾਡਾ ਬਾਂਧ ਹੁੰਦਾ ਹੈ, ਡੈਮ ਹੁੰਦਾ ਹੈ, ਉੱਦਾਂ ਹੀ ਚੈੱਕ ਡੈਮ ਹੁੰਦਾ ਹੈ। ਫਰਕ ਸਿਰਫ ਇਹ ਹੈ ਕਿ ਇਹ ਰਿਵਰਲੈਟਸ 'ਤੇ ਬਣਦਾ, ਯਾਨੀ ਕਿ ਬਹੁਤ ਹੀ ਛੋਟੀ ਨਦੀਆਂ, ਜਿਹੜੀ ਨਦੀ ਦੀ ਟ੍ਰਿਬਿਊਟਰੀ ਹੈ ਉਹਦੇ ਅੱਗੇ ਜਿਹੜੀ ਹੋਰ ਟ੍ਰਿਬਿਊਟਰੀਜ਼ ਨੇ, ਬਹੁਤ ਹੀ ਛੋਟੀ ਛੋਟੀ ਨਦੀਆਂ 'ਤੇ ਇਹ ਬਣਦਾ ਹੈ। ਨਦੀ ਵੀ ਨਹੀਂ ਕਹਿੰਦੇ ਉਹਨੂੰ, ਰਿਵਰਲੈਟਸ ਕਹਿ ਲਓ, ਦਰਿਆ ਕਹਿ ਲਓ, ਠੀਕ ਹੈ? ਅਤੇ ਇਹ 'ਤੇ ਬਣਦਾ ਹੈ। ਅਤੇ ਬਹੁਤ ਤਰ੍ਹਾਂ ਦੇ ਚੈੱਕ ਡੈਮਸ ਹੁੰਦੇ ਨੇ। ਇੱਕ ਹੁੰਦਾ ਹੈ ਚੈੱਕ ਡੈਮ ਇਹੋ ਜਿਹਾ ਵੀ, ਦੇਖੋ ਸਟੋਨਸ ਨਾਲ ਬਣਿਆ। ਚੈੱਕ ਡੈਮ ਦਾ ਮਤਲਬ ਇਹ ਹੈ ਕਿ ਜੇ ਮੈਂ ਤੁਹਾਨੂੰ ਰਿਵਰ ਦਾ ਕ੍ਰੋਸ ਸੈਕਸ਼ਨ ਦਿਖਾਵਾਂ, ਮਤਲਬ ਇੱਦਾਂ ਰਿਵਰ ਵਗ ਰਹੀ ਹੈ ਅਤੇ ਮੈਂ ਉਹਨੂੰ ਕੱਟ ਕੇ ਵਿੱਚੋਂ ਦਿਖਾਵਾਂ ਕਿ ਕਿਹੋ ਜਿਹਾ ਦਿਖਦਾ ਹੈ ਬਾਂਧ, ਤਾਂ ਤੁਸੀਂ ਇਹ ਸਮਝੋ ਕਿ ਰਿਵਰ ਸਮਝ ਲਓ ਇੱਧਰੋਂ ਅੰਦਰ ਵਹਿ ਰਹੀ ਹੈ ਬੋਰਡ ਵੱਲ, ਠੀਕ ਹੈ? ਅਤੇ ਇੱਥੇ ਤੁਸੀਂ ਚੈੱਕ ਡੈਮ ਬਣਾਤਾ। ਚੈੱਕ ਡੈਮ ਮਤਲਬ ਜੇ ਸਟੋਨ ਵਾਲਾ ਤੁਸੀਂ ਬਣਾਇਆ ਹੈ ਤਾਂ ਬਹੁਤ ਸਾਰੇ ਸਟੋਨਸ ਰੱਖਤੇ ਜਿਨ੍ਹਾਂ ਵਿੱਚ ਛੋਟਾ ਛੋਟਾ ਗੈਪ ਹੈ, ਠੀਕ ਹੈ? ਮੋਟੇ ਮੋਟੇ ਸਟੋਨਸ ਰੱਖਦੇ। ਹੁਣ ਪਾਣੀ ਜਦੋਂ ਇੱਦਾਂ ਆਏਗਾ ਤਾਂ ਇਹਦੇ ਵਿੱਚੋਂ ਲੰਘਦਾ ਹੋਇਆ ਜਾਏਗਾ, ਠੀਕ ਹੈ? ਉਸ ਨਾਲ ਕੀ ਹੋਏਗਾ? ਚੈੱਕ ਡੈਮ ਬਣਾਉਣ ਦਾ ਪਰਪਸ ਕੀ ਹੈ? ਦੇਖੋ ਗਰਾਊਂਡ ਵਾਟਰ ਸੇਵ ਕਰਨਾ ਹੈ, ਪਾਣੀ ਬਚਾਉਣਾ, ਤਾਂ ਚੈੱਕ ਡੈਮ ਦਾ ਕੀ ਉਹਦਾ ਮਤਲਬ ਹੈ? ਜਦੋਂ ਇੱਦਾਂ ਪਾਣੀ ਫਲੋ ਕਰ ਰਿਹਾ ਹੈ, ਇਹਨਾਂ ਵਿੱਚੋਂ ਫਲੋ ਕਰੇਗਾ ਤਾਂ ਉਹਦੀ ਸਪੀਡ ਘਟੇਗੀ, ਉਹਦੇ ਆ ਫਲੋ ਦੀ ਸਪੀਡ ਘਟੇਗੀ। ਜਦੋਂ ਸਪੀਡ ਘਟੇਗੀ ਤਾਂ ਜਿਹੜੀ ਇਰੋਜਨ ਹੈ, ਇਹ ਰਿਵਰ ਦਾ ਬੇਸ ਹੈ, ਆ ਰਿਵਰ ਦਾ ਬੇਸ ਹੈ, ਤਾਂ ਜਿਹੜੀ ਬੇਸ ਵਿੱਚ ਜਿਹੜੀ ਮਿੱਟੀ ਹੈ ਉਹਦੀ ਇਰੋਜਨ ਘੱਟ ਹੋਏਗੀ। ਇਰੋਜਨ ਘੱਟ ਹੋਏਗੀ ਤਾਂ ਸੈਡੀਮੈਂਟਸ ਉੱਥੇ ਸੈਟਲ ਹੋਣਗੇ, ਤਾਂ ਉਹ ਰਿਵਰ ਜਿਉਂਦੀ ਰਹੇਗੀ। ਰਿਵਰ ਤਾਂ ਜਿਹੜੀ ਈਕੋਸਿਸਟਮ ਹੈ, ਪਾਣੀ ਹੈ, ਉਹਦੇ ਅੰਦਰ ਜਿਹੜੇ ਜੀਵ ਜੰਤੂ ਰਹਿੰਦੇ ਆ ਉਹ ਬਣੇ ਰਹਿਣਗੇ। ਜੇ ਇਹ ਪਾਣੀ ਦਾ ਫਲੋ ਜ਼ਿਆਦਾ ਹੋਏਗਾ ਤਾਂ ਉਹ ਰਨ ਆਫ ਨਾਲ ਸਾਰੀ ਇੱਥੋਂ ਵੀ ਇਰੋਜਨ ਹੋਏਗੀ, ਸਾਈਡ ਤੋਂ ਵੀ ਹੋਏਗੀ, ਇੱਥੋਂ ਵੀ ਹੋਏਗੀ, ਤਾਂ ਉਹ ਪਾਣੀ ਦੀ ਵੇਸਟੇਜ ਵੀ ਹੈ ਅਤੇ ਉੱਥੋਂ ਦੇ ਈਕੋਸਿਸਟਮ ਲਈ ਵੀ ਬਹੁਤ ਮਾੜੀ ਚੀਜ਼ ਹੈ। ਇਹੀ ਪਾਣੀ ਦੇ ਫਲੋ ਨੂੰ ਘਟਾ ਕੇ, ਉਹਦੀ ਵੇਸਟੇਜ ਘਟਾ ਕੇ ਤੁਸੀਂ ਅੱਗੇ ਜਿਹੜਾ ਪਾਣੀ ਜਾਂਦਾ ਹੈ, ਜਿਹੜਾ ਇਹਨਾਂ ਨੂੰ ਕ੍ਰੋਸ ਕਰਕੇ ਪਾਣੀ ਜਾਏਗਾ, ਉਹ ਪਾਣੀ ਦਾ ਕੁਆਂਟਿਟੀ ਵੋਲਿਊਮ ਵੀ ਘੱਟ ਹੋਏਗਾ ਅਤੇ ਉਹਦੀ ਸਪੀਡ ਵੀ ਘੱਟ ਹੋਏਗੀ, ਅਤੇ ਕੁਛ ਹੱਦ ਤੱਕ ਪਾਣੀ ਇੱਥੇ ਇਹ ਵਾਲ ਤੋਂ ਪਹਿਲਾਂ ਹੀ ਸਟੋਰ ਹੋ ਜਾਏਗਾ। ਜਿਵੇਂ ਨੋਰਮਲ ਡੈਮਸ ਵਿੱਚ ਰਿਜ਼ਰਵੋਇਰ ਬਣਦਾ, ਇੱਥੇ ਵੀ ਇੱਕ ਰਿਜ਼ਰਵੋਇਰ ਬਣ ਜਾਏਗਾ, ਪਾਣੀ ਇਕੱਠਾ ਹੋ ਜਾਏਗਾ ਅਤੇ ਅੱਗੇ ਜਿਹੜਾ ਵਗ ਰਿਹਾ ਪਾਣੀ ਉਹ ਘੱਟ ਜਾਏਗਾ। ਉਸ ਨਾਲ ਕੀ ਹੋਏਗਾ ਕਿ ਇੱਥੇ ਇੱਕ ਰਿਜ਼ਰਵੋਇਰ ਹੋ ਗਿਆ ਸੇਫ, ਕਿ ਕੱਲ੍ਹ ਨੂੰ ਐਮਰਜੈਂਸੀ ਹੋ ਜਾਏ ਜੇ ਪਾਣੀ ਚਾਹੀਦਾ ਤਾਂ ਇੱਥੋਂ ਤੁਸੀਂ ਯੂਜ਼ ਕਰ ਸਕਦੇ ਹੋ। ਤਾਂ ਇਹੋ ਜਿਹੇ ਚੈੱਕ ਡੈਮਸ 140 ਚੈੱਕ ਡੈਮਸ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ। ਹੁਣ ਦੇਖੋ ਇਸ਼ੂ ਆਪਾਂ ਸਮਝ ਲਈਏ, ਗਰਾਊਂਡ ਵਾਟਰ ਦੀ ਪੰਜਾਬ ਵਿੱਚ ਕੀ ਸਮੱਸਿਆ ਹੈ? ਦੇਖੋ ਇੱਕ ਸੈਂਟਰਲ ਗਰਾਊਂਡ ਵਾਟਰ ਬੋਰਡ ਹੈ, ਇਹਨਾਂ ਨੇ ਕਿਹਾ ਕਿ ਅਗਲੇ 25 ਸਾਲਾਂ ਵਿੱਚ ਪੰਜਾਬ ਦਾ ਗਰਾਊਂਡ ਵਾਟਰ ਖਤਮ ਹੋ ਜਾਏਗਾ, ਪੰਜਾਬ ਇੱਕ ਡੈਜ਼ਰਟ ਬਣ ਜਾਏਗਾ, ਰੇਗਿਸਤਾਨ ਬਣ ਜਾਏਗਾ। ਕਿੰਨੀ ਡੇਂਜਰਸ ਨਿਊਜ਼ ਹੈ ਇਹ, ਦਿਲ ਦਹਿਲਾਉਣ ਵਾਲੀ ਨਿਊਜ਼ ਹੈ। ਅਤੇ ਤੁਸੀਂ ਸੋਚੋ ਪੰਜਾਬ ਜਿਹਦਾ ਨਾਮ ਹੀ ਪੰਜ ਰਿਵਰਸ ਦੇ ਨਾਮ ਤੋਂ ਬਣਿਆ, ਜਿਹੜਾ ਜਾਣਿਆ ਹੀ ਆਪਣੇ ਪਾਣੀ ਲਈ ਜਾਂਦਾ ਹੈ, ਉਹ ਡੈਜ਼ਰਟ ਬਣ ਜਾਏ ਅਗਲੇ 25 ਸਾਲ ਤੱਕ, ਇਹੋ ਜਿਹਾ ਕਲਾਈਮੇਟ ਚੇਂਜ ਹੋਵੇ, ਕਿੰਨੀ ਵੱਡੀ ਗੱਲ ਹੈ। ਅਤੇ ਆਪਾਂ ਪੰਜਾਬੀਆਂ ਲਈ ਇੱਕ ਬਹੁਤ ਵੱਡਾ ਕੰਸਰਨ ਹੈ ਕਿ ਇਹ ਆਪਾਂ ਚੀਜ਼ ਇਹ ਨਾ ਹੋਣ ਦਈਏ ਅਤੇ ਪੰਜਾਬ ਦੇ ਕਲਾਈਮੇਟ ਨੂੰ, ਪੰਜਾਬ ਦੇ ਜਿਹੜੇ ਨੈਚੁਰਲ ਰਿਸੋਰਸਿਸ ਨੇ, ਪਾਣੀ ਨੂੰ, ਮਿੱਟੀ ਨੂੰ ਬਚਾਈਏ, ਠੀਕ ਹੈ? ਹੁਣ ਜਿਹੜੀ ਇਹ ਰਿਪੋਰਟ ਹੈ, ਇਹ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਨੀਸ਼ੀਏਟਿਵਸ ਲਏ, ਪਰ ਆਪਾਂ ਇਹ ਦੇਖੀਏ ਇਸ ਤੋਂ ਪਹਿਲਾਂ, ਹੁਣ ਇਹ ਵੀ ਵਨ ਆਫ ਦੀ ਇਨੀਸ਼ੀਏਟਿਵ ਤੁਸੀਂ ਮੈਜਰਸ ਵਿੱਚ ਲਿਖ ਸਕਦੇ ਹੋ ਕਿ ਕਿਹੜੇ ਕਿਹੜੇ ਇਨੀਸ਼ੀਏਟਿਵਸ ਲਏ ਨੇ, ਬਟ ਇਸ ਤੋਂ ਪਹਿਲਾਂ ਆਪਾਂ ਦੇਖੀਏ ਕਿ ਪੰਜਾਬ ਵਿੱਚ ਹੀ ਇਹੋ ਜਿਹਾ ਕਿਉਂ ਹੋ ਰਿਹਾ, ਹਿਸਟਰੀ ਕੀ ਰਹੀ ਹੈ, ਇਹੋ ਜਿਹਾ ਕੀ ਹੋਇਆ ਕਿ ਪੰਜਾਬ ਵਿੱਚ ਗਰਾਊਂਡ ਵਾਟਰ ਘੱਟ ਰਿਹਾ। ਦੇਖੋ ਯੂ ਨੋ ਪੰਜਾਬ ਇਜ਼ ਇਨ ਐਗਰੀਕਲਚਰ ਸਟੇਟ, ਠੀਕ ਹੈ? ਤਾਂ ਪਾਣੀ ਦੀ ਲੋੜ ਹੁੰਦੀ ਹੈ ਇਰੀਗੇਸ਼ਨ ਲਈ, ਪਾਪੂਲੇਸ਼ਨ ਵੱਧ ਰਹੀ ਹੈ। ਹੁਣ ਇਹ ਜਿਹੜਾ ਡੇਟਾ ਹੈ ਨਾ, ਇਹ ਤੁਹਾਨੂੰ ਬਹੁਤ ਕੰਮ ਆਏਗਾ ਮੇਨਸ ਵਿੱਚ ਵੀ, ਇੰਟਰਵਿਊ ਵਿੱਚ ਵੀ, ਤੁਸੀਂ ਜੇ ਇਹ ਡੇਟਾ ਕੋਟ ਕਰਦੇ ਹੋ। ਦੇਖੋ ਜਿਹੜੀ ਇਹ ਸਲਾਈਡਸ ਬਣਾਈਆਂ ਨੇ ਨਾ, ਇਹ ਮੈਂ ਜਿਹੜੀ ਰੋਜ਼ ਤੁਹਾਨੂੰ 10 ਵਜੇ ਸਲਾਈਡਸ ਦਿਖਾਉਂਦੀ ਹਾਂ, ਇਹ ਮੈਂ ਖੁਦ ਸਵੇਰੇ 4 ਵਜੇ ਉੱਠ ਕੇ ਬਣਾਉਂਦੀ ਹਾਂ, ਅਤੇ ਬੜੀ ਮਿਹਨਤ ਨਾਲ ਬਣਾਈਆਂ ਨੇ, ਅਤੇ ਇਹ ਇੱਦਾਂ ਬਣਾਈਆਂ ਗਈਆਂ ਨੇ ਕਿ ਤੁਹਾਨੂੰ ਇਹ ਬਾਅਦ ਨੂੰ ਰਿਵੀਜ਼ਨ ਵਿੱਚ ਕੰਮ ਆਉਣ।
ਇਹ ਸਲਾਈਡਸ ਤੁਹਾਨੂੰ ਫ੍ਰੀ ਆਫ ਕੋਸਟ ਟੈਲੀਗ੍ਰਾਮ ਚੈਨਲ ਤੇ ਸਾਡੇ ਅਵੇਲੇਬਲ ਹੈ ਦੀ ਆਈਏਸ਼ਬ ਚੰਡੀਗੜ੍ਹ, ਜਿਹਦਾ ਲਿੰਕ ਤੁਹਾਨੂੰ ਇਸੀ ਵੀਡੀਓ ਦੀ ਹਰ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਮਿਲੇਗਾ ਤੇ ਇਹ ਤੁਸੀਂ ਜ਼ਰੂਰ ਡਾਊਨਲੋਡ ਕਰੋ ਤੇ ਇਹ 'ਚੋਂ ਹੀ ਰਿਵਾਈਜ਼ ਕਰੋ। ਵੈਰੀ ਵੈਲ ਮੇਡ ਸਲਾਈਡਸ, ਸਾਰਾ ਡੇਟਾ ਦਿੱਤਾ ਹੋਇਆ ਕਿ ਕਾਰਨ ਨੇ ਕਿਸੇ ਵੀ ਇਸ਼ੂ ਦੇ, ਗਵਰਨਮੈਂਟ ਨੇ ਕੀ ਇਨੀਸ਼ੀਏਟਿਵਸ ਲਏ ਨੇ, ਕੀ ਸਲਿਊਸ਼ਨ ਹੋ ਸਕਦਾ ਹੈ ਵਿਦ ਪ੍ਰੋਪਰ ਪਿਕਚਰਸ, ਤਾਂ ਕਿ ਤੁਹਾਡੀ ਪਿਕਟੋਰੀਅਲ ਮੈਮਰੀ ਬਣੀ ਰਹੇ ਅਤੇ ਇਹ ਸਲਾਈਡਸ ਤੁਸੀਂ ਮੈਕਸੀਮਮ ਯੂਜ਼ ਉਠਾਓ, ਨਹੀਂ ਤਾਂ ਮੇਰੀ ਮਿਹਨਤ ਵੇਸਟ ਜਾਏਗੀ। ਠੀਕ ਹੈ, ਗਰਾਊਂਡ ਵਾਟਰ ਦਾ, ਪੰਜਾਬ ਦੇ ਗਰਾਊਂਡ ਵਾਟਰ ਦਾ ਡੇਟਾ ਕੀ ਕਹਿੰਦਾ ਹੈ? ਕਹਿੰਦਾ 138 ਜਿਹੜੇ ਬਲੋਕਸ ਨੇ ਪੰਜਾਬ ਵਿੱਚ, ਉਹਨਾਂ 'ਚੋਂ 109 ਓਵਰ ਐਕਸਪਲੋਇਟਿਡ ਬਲੋਕਸ ਨੇ। ਓਵਰ ਐਕਸਪਲੋਇਟਿਡ ਮਤਲਬ ਕੀ ਹੁੰਦਾ ਹੈ? ਟੈਕਨੀਕਲੀ ਮਤਲਬ ਇਹ ਹੁੰਦਾ ਹੈ ਕਿ ਓਵਰ ਐਕਸਪਲੋਇਟਿਡ ਹੋ ਗਏ ਨੇ ਇੰਨੇ ਜ਼ਿਆਦਾ ਕਿ ਉਹ ਡਾਰਕ ਜ਼ੋਨ ਵਿੱਚ ਨੇ। ਇਹਦਾ ਮਤਲਬ ਦੇਖੋ ਇਹ ਹੈ, ਡਾਰਕ ਜ਼ੋਨ 'ਚ ਉਹ ਨੇ, ਦੇਖੋ ਓਵਰ ਐਕਸਪਲੋਇਟਿਡ ਮਤਲਬ ਇਹ ਹੁੰਦਾ ਕਿ ਆਉਣ ਵਾਲੇ ਟਾਈਮ ਵਿੱਚ ਸ਼ਾਇਦ ਇੱਥੋਂ ਪੂਰਾ ਖਤਮ ਹੋ ਜਾਵੇ ਪਾਣੀ, ਅਤੇ ਉਹਦੀ ਅੰਦਰ ਹੀ ਕੈਟਾਗਰੀ ਹੈ ਡਾਰਕ ਜ਼ੋਨ। ਡਾਰਕ ਜ਼ੋਨ ਮਤਲਬ ਇਹ ਹੈ ਕਿ ਜਿਹੜੀ ਗਰਾਊਂਡ ਵਾਟਰ ਕੱਢ ਰਹੇ ਹਾਂ ਉਹਦੀ ਯੂਜੇਜ ਹੈ ਮੋਰ ਦੈਨ 100%। ਹੁਣ ਮੋਰ ਦੈਨ 100% ਕਿੱਦਾਂ? ਮਤਲਬ ਪਾਣੀ ਜਦੋਂ 100% ਪਾਣੀ ਖਤਮ ਹੋ ਗਿਆ, ਫਿਰ ਕੀ ਜ਼ਮੀਨ ਤੋੜ ਲਈ, ਫਿਰ ਕੀ ਮਤਲਬ ਸੋਇਲ ਕੱਢ ਲਈ ਕੀ? ਦੇਖੋ ਪਾਣੀ ਦਾ ਐਕੁਈਫਰਸ ਨੇ, ਪਾਣੀ ਦੇ ਸਰੋਤ ਨੇ ਜ਼ਮੀਨ ਵਿੱਚ। ਠੀਕ ਹੈ, ਹੁਣ ਇੱਥੇ ਮੰਨ ਲਓ 200 ਲੀਟਰ ਪਾਣੀ ਸਟੋਰਡ ਹੈ। ਠੀਕ ਹੈ, 100% ਮੋਰ ਦੈਨ 100% ਯੂਜੇਜ ਦਾ ਇਹ ਮਤਲਬ ਹੈ ਕਿ ਤੁਸੀਂ 100 ਲੀਟਰ ਪਾਣੀ ਕੱਢਿਆ ਅਤੇ ਜਿਹੜੀ ਇਹਦੀ ਆਪਣੀ ਕਪੈਸਿਟੀ ਹੈ ਉਹ 100 ਲੀਟਰ ਨੂੰ ਦੁਬਾਰਾ ਗੇਨ ਕਰਨ ਦੀ ਬਾਰਿਸ਼ ਦੇ ਥਰੂ ਜਾਂ ਕਿਸੇ ਵੀ ਹੋਰ ਸਰੋਤ ਦੇ ਥਰੂ, ਉਹ ਸਿਰਫ ਹੈਗੀ ਹੈ 50 ਲੀਟਰ। ਮੰਨ ਲਓ ਇਹ ਡੇਲੀ ਦਾ ਡੇਟਾ ਹੈ ਕਿ 200 ਇਹਦੀ ਪੂਰੀ ਕਪੈਸਿਟੀ ਹੈ, 100 ਲੀਟਰ ਦਿਨ ਦਾ ਮੈਂ ਕੱਢਦੀ ਹਾਂ, ਬਟ ਓਵਰ ਪੂਰੇ ਦਿਨ ਵਿੱਚ, ਪੂਰੇ 24 ਘੰਟੇ ਵਿੱਚ ਸਿਰਫ 50 ਲੀਟਰ ਹੀ ਪਾਣੀ ਦੇ ਕਿਸੇ ਹੋਰ ਸਰੋਤ ਦੇ ਥਰੂ, ਬਾਰਿਸ਼ ਦੇ ਥਰੂ ਜਾਂ ਕੁਛ ਹੋਰ ਸਰੋਤ ਦੇ ਥਰੂ 50 ਲੀਟਰ ਹੀ ਇਸ 'ਚ ਆਉਂਦਾ ਹੈ। ਤਾਂ ਟੋਟਲ ਇਹਨੂੰ ਡੇਲੀ ਦਾ 100 - 50, 50 ਲੀਟਰ ਦਾ ਡੇਲੀ ਦਾ ਲੋਸ ਹੈ। ਇਹਦਾ ਮਤਲਬ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ 4 ਦਿਨਾਂ ਵਿੱਚ 5 × 4 = 20, 200 ਲੀਟਰ ਪਾਣੀ ਹੈ, 4 ਦਿਨਾਂ ਵਿੱਚ ਮੁੱਕ ਜਾਣਾ, ਇਹ ਹਾਲਤ ਹੋ ਜਾਏਗੀ, ਇਹੋ ਜਿਹਾ ਹੀ ਕੁਛ ਹੋਏਗਾ। ਅਤੇ ਇਹਦਾ ਮਤਲਬ ਮੋਰ ਦੈਨ 100% ਦਾ ਮਤਲਬ ਇਹੀ ਹੁੰਦਾ ਹੈ ਕਿ ਜਿੰਨਾ ਉਹ ਪਾਣੀ ਉਸ 'ਚ ਪੈ ਰਿਹਾ ਹੈ ਉਸ ਤੋਂ ਜ਼ਿਆਦਾ ਤੁਸੀਂ ਕੱਢ ਰਹੇ ਹੋ, ਅਤੇ ਜਦੋਂ ਇੱਦਾਂ ਹੋਏਗਾ ਤਾਂ ਹੌਲੀ ਹੌਲੀ ਕੱਢਦੇ ਕੱਢਦੇ ਪਾਣੀ ਉਹ 'ਚ ਖਤਮ ਹੋ ਜਾਏਗਾ। ਠੀਕ ਹੈ, ਇਹ ਮਤਲਬ ਹੁੰਦਾ ਮੋਰ ਦੈਨ 100% ਯੂਜੇਜ ਦਾ। ਫਿਰ ਉਹ ਕਹਿ ਰਿਹਾ ਕਿ ਪਾਣੀ ਦੀ ਕਈ ਕਈ ਜਗ੍ਹਾ ਨੋਰਮਲ ਜਿਹੜੀ ਪਾਣੀ ਦਾ ਲੈਵਲ ਹੋਣਾ ਚਾਹੀਦਾ ਜ਼ਮੀਨ ਵਿੱਚ ਗਰਾਊਂਡ ਵਾਟਰ ਦਾ, ਉਹ 3 to 10 meters ਹੋਣਾ ਚਾਹੀਦਾ, ਇਹ ਡਿਜ਼ਾਇਰੇਬਲ ਹੈ, ਇਹ ਚਾਹੁੰਦੀ ਹੈ ਸਰਕਾਰ ਕਿ ਇੰਨਾ ਹੋਵੇ। ਜੇ ਇੰਨਾ ਹੁੰਦਾ ਤਾਂ ਆਪਾਂ ਪੰਪ ਲਾ ਲੈਂਦੇ ਹਾਂ, ਸੈਂਟਰੀਫਿਊਗਲ ਪੰਪ ਲਗਾਇਆ ਅਤੇ ਪਾਣੀ ਕੱਢਿਆ। ਬਟ ਪੰਜਾਬ ਦੇ ਕੀ ਹਾਲਾਤ ਨੇ? ਪੰਜਾਬ ਦੇ ਹਾਲਾਤ ਇਹ ਨੇ ਕਿ 20-30 meters ਡੂੰਘਾ ਪਾਣੀ ਚਲਾ ਗਿਆ ਹੈ। ਕਿੱਥੇ 3 to 10 meters ਸੀ, ਹੁਣ ਉਹ ਹੋਰ ਪਾਣੀ ਡੂੰਘਾ ਚਲਾ ਗਿਆ, ਅਤੇ ਉਹ ਡੂੰਘੇ ਪਾਣੀ ਨੂੰ ਕੱਢਣ ਲਈ ਬੋਰਵੈਲ ਲਗਾਏ ਜਾ ਰਹੇ ਨੇ। ਠੀਕ ਹੈ, ਅਤੇ ਜਿੰਨੇ ਡੂੰਘੇ ਬੋਰਵੈਲ ਲਾਉਂਗੇ ਉਹ ਫਿਰ ਉਹਨਾਂ ਡੂੰਘਾ ਪਾਣੀ ਹੋਰ ਨੀਚੇ ਜਾਏਗਾ, ਅਤੇ ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ। ਅਤੇ ਜਿਹੜਾ 20 to 30 meters ਪਾਣੀ ਨੀਚੇ ਜਾ ਚੁੱਕਿਆ, ਇਹ 84% ਪੰਜਾਬ ਦੇ ਜ਼ਮੀਨ ਦੀ ਇਹ ਹਾਲਤ ਹੈ। ਤਾਂ ਇਹ ਤਾਂ ਹੀ ਤਾਂ ਕਹਿ ਰਹੀ ਹੈ ਰਿਪੋਰਟ ਕਿ ਅਗਲੇ 25 ਸਾਲਾਂ ਵਿੱਚ ਪੰਜਾਬ ਡੈਜ਼ਰਟ ਬਣ ਜਾਏਗਾ। ਡੈਜ਼ਰਟ ਮਤਲਬ ਕਿ ਨੀਚੇ ਪਾਣੀ ਹੈ ਹੀ ਨਹੀਂ, ਸਾਰਾ ਖਤਮ ਹੋ ਜਾਏਗਾ। ਤਮਿਲਨਾਡੂ, ਜੇ ਤੁਹਾਨੂੰ ਪਤਾ ਹੋਵੇ, ਤਮਿਲਨਾਡੂ ਵਿੱਚ ਗਰਾਊਂਡ ਵਾਟਰ ਖਤਮ ਹੋ ਚੁੱਕਿਆ ਹੈ। ਤਮਿਲਨਾਡੂ ਵਿੱਚ ਜਿਹੜਾ ਕਿ ਕੋਸਟਲ ਸਟੇਟ ਹੈ, ਅਤੇ ਉੱਥੇ ਹੁਣ ਬਾਹਰੋਂ ਪਾਣੀ ਆਉਂਦਾ ਹੈ, ਪੋਰਟੇਬਲ ਪਾਣੀ ਆਉਂਦਾ ਹੈ, ਅਤੇ ਇਹ ਹਾਲਾਤ ਨੇ ਉੱਥੇ। ਅਤੇ ਇਹ ਹਾਲਾਤ ਕਿਤੇ ਪੰਜਾਬ ਵਿੱਚ ਵੀ ਨਾ ਹੋ ਜਾਣ, ਇਸ ਲਈ ਸਰਕਾਰ ਨੇ ਮੈਜਰਸ ਲਏ ਨੇ। ਬਟ ਆਪਾਂ ਰੀਜ਼ਨਸ ਦੇਖੀਏ, ਦੇਖੋ ਰੀਜ਼ਨ ਕੀ ਨੇ, ਕਾਰਨ ਕੀ ਨੇ ਕਿ ਇੰਨੀ ਬੁਰੀ ਹਾਲਤ ਹੋ ਰਹੀ ਹੈ ਪੰਜਾਬ ਦੀ, ਗਰਾਊਂਡ ਵਾਟਰ ਡਿਪਲੀਸ਼ਨ ਹੋ ਰਹੀ ਇੰਨੀ ਜ਼ਿਆਦਾ। ਫਸਟ ਰੀਜ਼ਨ ਹੈ ਕਿ ਉਹੀ ਜਿੰਨਾ ਪਾਣੀ ਉਹਦੀ ਕਪੈਸਿਟੀ ਹੈ, 101.66 times ਫਿਗਰ ਹੈ। 1.66 times ਫਿਗਰ ਮਤਲਬ ਕਿ ਜੇ ਤੁਸੀਂ 100 liters ਪਾਣੀ ਉਹ 'ਚ ਆਉਂਦਾ ਹੈ ਰੋਜ਼ ਦਾ, ਰਿਪਲੈਨਿਸ਼ ਰੋਜ਼ ਦਾ ਲਾ ਲਓ ਐਗਜ਼ਾਮਪਲ ਲਈ, ਰੋਜ਼ ਦਾ ਪਾਣੀ 100 liters ਉਹ ਰਿਪਲੈਨਿਸ਼ ਕਰਦਾ ਹੈ, ਵਾਪਸ ਆਉਂਦਾ ਹੈ, ਤਾਂ ਤੁਸੀਂ 166 liters ਕੱਢ ਰਹੇ ਹੋ। ਇਹ ਹੈ 1.66 liters ਦਾ ਮਤਲਬ। ਤਾਂ ਇਹਦਾ ਮਤਲਬ ਤੁਸੀਂ 66 liters ਐਕਸਟਰਾ ਕੱਢ ਰਹੇ ਹੋ।
ਤੇ 66 ਲੀਟਰ ਰੋਜ਼ ਦਾ ਨਿਕਲਦੇ ਨਿਕਲਦੇ ਇੱਕ ਦਿਨ ਆਏਗਾ ਜਦੋਂ ਖਤਮ ਹੋ ਜਾਏਗਾ। ਇਹਦਾ ਇਹ ਕਹਿਣ ਦਾ ਇਹ ਮਤਲਬ ਹੈ ਕਿ ਰਿਪਲੈਨਿਸ਼ਮੈਂਟ ਜਿਹੜੀ ਹੋ ਰਹੀ ਹੈ ਉਸ ਤੋਂ ਜ਼ਿਆਦਾ ਪਾਣੀ ਵਿਦਡਰਾਅ ਕੀਤਾ ਜਾ ਰਿਹਾ ਹੈ। ਰੇਟ ਆਫ ਵਾਟਰ ਐਕਸਟ੍ਰੈਕਸ਼ਨ ਇਜ਼ 1.66 ਟਾਈਮਸ ਮੋਰ ਦੈਨ ਰੇਟ ਆਫ ਰਿਪਲੈਨਿਸ਼ਮੈਂਟ। ਥੋੜ੍ਹੀ ਟੈਕਨੀਕਲ ਟਰਮਸ ਨੇ, ਜੇ ਤੁਸੀਂ ਇਹ ਡੇਟਾ ਤੁਹਾਨੂੰ ਨਹੀਂ ਵੀ ਆ ਤਾਂ ਸਿਰਫ ਇੰਨਾ ਹੀ ਲਿਖ ਦਿਉ ਕਿ ਜ਼ਿਆਦਾ ਪਾਣੀ ਕੱਢਿਆ ਜਾ ਰਿਹਾ ਹੈ ਅਤੇ ਘੱਟ ਪਾਣੀ ਰੀਪਲੈਨਿਸ਼ ਹੋ ਰਿਹਾ ਹੈ। ਸੈਕਿੰਡ ਰੀਜ਼ਨ ਇਹ ਹੈ ਫੋਲਟੀ ਕ੍ਰੋਪਿੰਗ ਪੈਟਰਨ। ਯੂ ਨੋ ਪੰਜਾਬ ਇਜ਼ ਐਨ ਐਗਰੀਕਲਚਰਲ ਸਟੇਟ, ਠੀਕ ਹੈ, ਐਗਰੀਕਲਚਰ ਦੇ ਬੇਸ 'ਤੇ ਹੀ ਆਪਣੀ ਪੂਰੀ ਇਕੋਨਮੀ ਚੱਲ ਰਹੀ ਹੈ, ਪੰਜਾਬ ਦੀ GDP ਜਿਹੜੀ ਚੱਲ ਰਹੀ ਹੈ ਉਹ ਪੂਰੀ ਐਗਰੀਕਲਚਰ ਬੇਸਡ ਹੈ। ਤਾਂ ਇੱਥੇ ਜਿਹੜਾ ਗ੍ਰੀਨ ਰੈਵੋਲਿਊਸ਼ਨ ਆਇਆ, ਵੀਟ ਅਤੇ ਰਾਈਸ ਨੂੰ ਬਹੁਤ ਜ਼ਿਆਦਾ MSP ਦੇ ਥਰੂ ਬੜਾਵਾ ਦਿੱਤਾ ਗਿਆ। ਇਹ ਪੰਜਾਬ ਦਾ ਪੂਰਾ ਕ੍ਰੋਪਿੰਗ ਪੈਟਰਨ ਹੀ ਵੀਟ ਰਾਈਸ ਹੈ, ਕਣਕ ਅਤੇ ਝੋਨਾ ਉੱਗਦਾ। ਅਤੇ ਜਿਹੜਾ ਝੋਨਾ ਹੈ ਤੁਹਾਨੂੰ ਪਤਾ ਇਹ ਬੜੀ ਵਾਟਰ ਇੰਟੈਂਸਿਵ ਕ੍ਰੋਪ ਹੈ, ਪਾਣੀ ਦੀ ਬਹੁਤ ਮੰਗ ਹੈ ਇਹਨੂੰ। ਤੁਸੀਂ ਦੇਖੋ ਤੁਹਾਨੂੰ ਪਹਿਲਾਂ ਪਾਣੀ ਖੜਾਉਣਾ ਪੈਂਦਾ, ਚਿੱਕੜ ਵਾਂਗ ਕਰਨਾ ਪੈਂਦਾ, ਫਿਰ ਉਸ 'ਚ ਟ੍ਰਾਂਸਪਲਾਂਟੇਸ਼ਨ ਹੁੰਦੀ ਹੈ ਝੋਨੇ ਦੀ, ਅਤੇ ਇਸ 'ਚ ਪਾਣੀ ਦੀ ਬਹੁਤ ਜ਼ਿਆਦਾ ਵੇਸਟੇਜ ਹੈ, ਪਾਣੀ ਦੀ ਬਹੁਤ ਜ਼ਿਆਦਾ ਮੰਗ ਹੁੰਦੀ ਹੈ ਜਿੱਥੇ ਵੀ ਰਾਈਸ ਉੱਗਦਾ ਹੈ, ਠੀਕ ਹੈ। ਅਤੇ ਪੰਜਾਬ ਵਰਗੇ ਸਟੇਟ ਵਿੱਚ ਜਿੱਥੇ ਪਾਣੀ ਦੀ ਹੁਣ ਘਾਟ ਹੋ ਰਹੀ ਇੰਨੀ ਜ਼ਿਆਦਾ, ਉੱਥੇ ਹਜੇ ਵੀ ਝੋਨਾ ਉੱਗ ਰਿਹਾ। ਅਤੇ ਝੋਨੇ ਨੂੰ ਜਦੋਂ MSP ਮਿਨੀਮਮ ਸਪੋਰਟ ਪ੍ਰਾਈਸ MSP ਸਰਕਾਰ ਖਰੀਦ ਰਹੀ ਹੈ ਤਾਂ ਉਹ ਹੋਰ ਬੜਾਵਾ ਮਿਲਦਾ ਹੈ ਇਸ ਫਸਲ ਨੂੰ ਉਗਾਉਣ ਦਾ, ਠੀਕ ਹੈ। ਇਸੀ ਨੂੰ ਕਿਹਾ ਗਿਆ ਹੈ ਫੋਲਟੀ ਕ੍ਰੋਪਿੰਗ ਪੈਟਰਨ, ਕਿ ਤੁਸੀਂ ਇੰਨੀ ਵਾਟਰ ਇੰਟੈਂਸਿਵ ਕ੍ਰੋਪ ਕਿਉਂ ਉਗਾ ਰਹੇ ਹੋ, ਪੈਡੀ ਕ੍ਰੋਪ ਝੋਨਾ, ਠੀਕ ਹੈ। ਇਟ ਹੈਂਪਰਸ ਵਾਟਰ ਰੀਚਾਰਜਿੰਗ, ਇਹੀ ਹੈ ਇੱਕ ਕ੍ਰੋਪ ਜਿਹੜੀ ਉਹ ਰੀਪਲੈਨਿਸ਼ਮੈਂਟ ਹੋਣ ਨਹੀਂ ਦੇ ਰਿਹਾ ਅਤੇ ਪੂਰਾ ਬੈਲੈਂਸ ਜਿਹੜਾ ਹੈ ਪਾਣੀ ਦਾ ਉਹ ਖਰਾਬ ਹੋ ਰਿਹਾ ਹੈ। ਅਤੇ ਤੀਸਰਾ ਰੀਜ਼ਨ ਇਹ ਹੈ ਕਿ ਸਰਕਾਰ ਕਿਸਾਨਾਂ ਨੂੰ ਆਲਮੋਸਟ ਫ੍ਰੀ ਇਲੈਕਟ੍ਰੀਸਿਟੀ ਦੇ ਰਹੀ ਹੈ। ਜਦੋਂ ਫ੍ਰੀ ਇਲੈਕਟ੍ਰੀਸਿਟੀ ਦੇ ਰਹੀ ਹੈ ਤਾਂ ਜਿਹੜੇ ਉਹਦੇ ਪੰਪ ਨੇ, ਜਿਹੜੇ ਬੋਰਵੈਲ ਨੇ, ਪੂਰਾ ਪੂਰਾ ਦਿਨ 18-18 ਘੰਟੇ 14-14 ਘੰਟੇ ਚੱਲਦੇ ਨੇ ਜਦੋਂ ਫ੍ਰੀ ਇਲੈਕਟ੍ਰੀਸਿਟੀ ਮਿਲ ਗਈ, ਅਤੇ ਸਾਰਾ ਪਾਣੀ ਫਲੱਡ ਨਾਲ ਚੱਲ ਰਿਹਾ। ਕੋਈ ਉਹ ਇਰੀਗੇਸ਼ਨ ਸਿਸਟਮ ਪ੍ਰੋਪਰ ਤਾਂ ਫੋਲੋ ਕਰ ਨਹੀਂ ਰਹੇ, ਫਲੱਡਿੰਗ ਸਿਸਟਮ ਯੂਜ਼ ਕਰਦੇ ਨੇ, ਇੱਧਰੋਂ ਬੋਰਵੈਲ ਲਾਇਆ ਸਾਰਾ ਪਾਣੀ ਪੂਰਾ ਪੂਰੇ ਦੇ ਪੂਰੇ ਖੇਤ ਏਕੜਾਂ 'ਚ ਫਲੱਡ ਹੋ ਰਹੇ ਨੇ। ਪਾਣੀ ਦੀ ਬਹੁਤ ਜ਼ਿਆਦਾ ਵੇਸਟੇਜ ਹੈ, ਜਿੰਨੀ ਰਿਕੁਆਇਰਮੈਂਟ ਹੈ ਉਨਾ ਹੀ ਪਾਣੀ ਦਿੱਤਾ ਜਾਵੇ ਅਤੇ ਬਾਕੀ ਪਾਣੀ ਸਟੋਰ ਹੋਵੇ ਗਰਾਊਂਡ ਵਾਟਰ 'ਚ ਹੀ ਰਹੇ, ਇਹ ਬਹੁਤ ਇੰਪੋਰਟੈਂਟ ਹੈ। ਅਤੇ ਫ੍ਰੀ, ਦੇਖੋ ਇਹਨੂੰ ਤੁਸੀਂ ਗਵਰਨਮੈਂਟ ਸਕੀਮ ਵਿੱਚ ਕੈਟਾਗਰਾਈਜ਼ ਕਰ ਸਕਦੇ ਹੋ ਕਿ ਫ੍ਰੀ ਇਲੈਕਟ੍ਰੀਸਿਟੀ ਸਰਕਾਰ ਦੇ ਰਹੀ ਹੈ, ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਗਰਾਊਂਡ ਵਾਟਰ ਦਾ ਆਪਣਾ ਇੰਨਾ ਵੱਡਾ ਇਸ਼ੂ ਬਣ ਗਿਆ ਹੈ। ਥਰਡ ਰੀਜ਼ਨ ਉਹੀ ਹੈ, ਇਹਦੇ ਨਾਲ ਕਨੈਕਟਿਡ ਹੈ ਕ੍ਰੋਪਿੰਗ ਪੈਟਰਨ ਨਾਲ, ਕਿ MSP ਤੁਸੀਂ ਇੱਕ ਇਹੋ ਜਿਹੀ ਫਸਲ ਨੂੰ ਬੜਾਵਾ ਦੇ ਰਹੇ ਹੋ, ਇੱਕ ਇਹੋ ਜਿਹੀ ਫਸਲ ਨੂੰ MSP ਰੇਟ 'ਤੇ ਖਰੀਦ ਰਹੇ ਹੋ ਜਿਹੜਾ ਕਿ ਬਹੁਤ ਜ਼ਿਆਦਾ ਪਾਣੀ ਯੂਜ਼ ਕਰ ਰਹੀ ਹੈ। ਅਤੇ ਓਬਵੀਅਸਲੀ ਫਿਰ ਜਿਹੜਾ ਕਿਸਾਨ ਹੈ ਉਹ ਤਾਂ ਉਹੀ ਫਸਲ ਉਗਾਏਗਾ ਨਾ ਜਿਹਦਾ ਉਹਨੂੰ ਅੱਛਾ ਪ੍ਰਾਈਸ ਮਿਲ ਰਿਹਾ ਮਾਰਕੀਟ ਵਿੱਚ, ਜਿਹਦੀ ਫਸਲ ਉਹ ਚੱਕ ਰਹੀ ਹੈ ਸਰਕਾਰ। ਅਤੇ ਜੇ ਸਰਕਾਰ ਇਹੋ ਜਿਹੀ ਕ੍ਰੋਪਸ 'ਤੇ MSP ਦੇਵੇ, ਮਿਨੀਮਮ ਸਪੋਰਟ ਪ੍ਰਾਈਸ ਦੇਵੇ, ਜਿਹੜੀ ਕ੍ਰੋਪਸ ਵਾਟਰ ਇੰਟੈਂਸਿਵ ਨਹੀਂ ਹੈ ਜਿਵੇਂ ਜਵਾਰ ਹੋ ਗਿਆ, ਬਾਜਰਾ ਹੋ ਗਿਆ, ਤਾਂ ਫਿਰ ਕਿਸਾਨ ਵੀ ਹੌਲੀ ਹੌਲੀ ਝੋਨਾ ਉਗਾਉਣਾ ਬੰਦ ਕਰ ਦੇਗਾ। ਦੇਖੋ ਝੋਨਾ ਪੰਜਾਬ ਵਿੱਚ ਇੰਟਰੋਡਿਊਸ ਸਰਕਾਰ ਨੇ ਕੀਤਾ, ਕਿਸਾਨ ਦਾ ਇਸ 'ਚ ਕੋਈ ਫੋਲਟ ਨਹੀਂ ਹੈ। ਗ੍ਰੀਨ ਰੈਵੋਲਿਊਸ਼ਨ ਦੇ ਤਹਿਤ ਝੋਨਾ ਕਿਸਾਨ ਨੂੰ ਉਗਾਉਣਾ ਪਿਆ, ਕਿਉਂਕਿ ਗ੍ਰੀਨ ਰੈਵੋਲਿਊਸ਼ਨ ਦੇ ਤਹਿਤ ਸਰਕਾਰ ਨੇ MSP ਦੇ ਥਰੂ ਸਪੋਰਟ ਕੀਤਾ ਕਿ ਇਹ ਉਗਾਇਆ ਜਾਵੇ। ਅਤੇ ਹੁਣ ਹਾਲਾਤ ਇਹ ਨੇ ਕਿ ਆਪਣੀ ਜਿਹੜੀ ਨੈਚੁਰਲ ਹੈਬੀਟੈਟ ਹੈ, ਜਿਹੜਾ ਆਪਣੀ ਧਰਤੀ ਹੈ, ਉਹ ਸਪੋਰਟ ਨਹੀਂ ਕਰ ਰਹੀ ਹੈ। ਅਤੇ ਇਸ ਲਈ ਜੇ ਸਰਕਾਰ ਇਹ ਪੋਲਿਸੀ ਚੇਂਜ ਕਰੇ ਅਤੇ ਪਲਸਿਸ ਨੂੰ, ਦਾਲਾਂ ਨੂੰ ਜਾਂ ਜਵਾਰ ਬਾਜਰੇ ਨੂੰ MSP ਦੇਵੇ ਅਤੇ ਇਹਨੂੰ ਨਾ ਦੇਵੇ, ਤਾਂ ਕਿਸਾਨ ਆਪਣੇ ਆਪ ਝੋਨਾ ਛੱਡ ਕੇ ਕੋਈ ਹੋਰ ਅੱਛੀ ਕ੍ਰੋਪ ਉਗਾਏਗਾ ਜਿਹੜੇ ਆਪਣੀ ਜ਼ਮੀਨ ਦੇ ਗਰਾਊਂਡ ਵਾਟਰ ਨੂੰ ਨਾ ਖਿੱਚੇ, ਠੀਕ ਹੈ। ਨੈਕਸਟ ਆਪਾਂ ਦੇਖਦੇ ਹਾਂ ਕਿ ਮੈਜਰਸ ਕੀ। ਦੇਖੋ ਫਸਟ ਮੈਜਰ ਤਾਂ ਇਹੀ ਜਿਹੜੀ ਨਿਊਜ਼ ਹੈ ਅੱਜ ਦੀ, ਤੁਸੀਂ ਇਹੀ ਡਾਇਰੈਕਟ ਲਿਖ ਦਿਉ ਕਿ ਹਾਂਜੀ 140 ਚੈੱਕ ਡੈਮ ਬਣਾਉਣ ਵਾਲੀ ਹੈ ਪੰਜਾਬ ਸਰਕਾਰ। ਇਸ ਤੋਂ ਇਲਾਵਾ ਕੁਝ ਸਾਲ ਪਹਿਲਾਂ ਇਹ ਇਨੀਸ਼ੀਏਟਿਵ ਆਇਆ ਸੀਗਾ ਨਿਊਜ਼ ਵਿੱਚ ਕਿ ਡਿਜੀਟਲ ਮੀਟਰਸ ਵਿਲ ਬੀ ਇੰਸਟਾਲਡ ਔਨ ਟਿਊਬਵੈਲਸ। ਇਹ ਪਾਇਲਟ ਸਟੇਜ 'ਤੇ ਸੀਗਾ ਉਸ ਟਾਈਮ, ਹੁਣ ਇਹ ਅੱਗੇ ਵੱਧ ਚੁੱਕਿਆ ਹੈ। ਬਟ ਇਹ ਜਿਹੜੀ ਨਿਊਜ਼ ਹੈ ਕਿ 1000 ਫਾਰਮਰਸ ਦੇ ਡਿਜੀਟਲ ਮੀਟਰਸ ਲਗਾਏ ਜਾਣਗੇ ਤਾਂ ਕਿ ਤੁਸੀਂ ਉਹਨਾਂ ਦੀ ਇਲੈਕਟ੍ਰੀਸਿਟੀ ਕੰਜ਼ੰਪਸ਼ਨ ਜਿਹੜੀ ਕਿ ਟਿਊਬਵੈਲ ਰਨ ਕਰਨ 'ਚ ਵਿੱਚ ਯੂਜ਼ ਹੁੰਦੀ ਹੈ ਉਹ ਤੁਸੀਂ ਰੈਗੂਲੇਟ ਕਰ ਸਕੋ, ਠੀਕ ਹੈ। ਫ੍ਰੀ ਇਲੈਕਟ੍ਰੀਸਿਟੀ ਇੰਨੀ ਨਾ ਜਾਵੇ ਕਿ ਉਹ ਦਬਾ ਪਾਣੀ ਦੀ ਵੇਸਟੇਜ ਹੀ ਹੋਣ ਲੱਗ ਜੇ। ਫਿਰ ਹੈ ਕਿ ਇੱਕ ਇਹ ਕਿ ਤੁਸੀਂ ਜਿਹੜਾ ਬਿਜਲੀ ਹੈ, ਬਿਜਲੀ ਤੁਸੀਂ ਡਾਇਰੈਕਟ ਫ੍ਰੀ ਕਰ ਰਹੇ ਹੋ ਅਤੇ ਜਿਹੜਾ ਬਿਜਲੀ ਦਾ ਬਿੱਲ ਆ ਰਿਹਾ ਉਹ ਤੁਸੀਂ ਜਿਹੜੀ ਡਿਸਟ੍ਰੀਬਿਊਸ਼ਨ ਕੰਪਨੀਜ਼ ਨੇ, ਜਿਹਨੂੰ ਡਿਸਕੋਮਸ ਕਹਿੰਦੇ ਨੇ, ਬਿਜਲੀ ਦੀ ਜਿਹੜੀ ਡਿਸਟ੍ਰੀਬਿਊਸ਼ਨ ਕੰਪਨੀਜ਼ ਨੇ, ਉਹਨਾਂ ਨੂੰ ਤੁਸੀਂ ਉਹਦਾ ਬਿੱਲ ਪੇ ਕਰਦੇ ਹੋ। ਹੁਣ ਉਹ ਕਹਿੰਦੇ ਕਿ ਤੁਸੀਂ ਇੱਦਾਂ ਕਰੋ,
ਤੁਸੀਂ ਜਿੰਨੀ ਬਿਜਲੀ ਫ੍ਰੀ ਕਰਨਾ ਚਾਹੁੰਦੇ ਹੋ, ਜਿੰਨੀ ਤੁਹਾਡੇ ਹਿਸਾਬ ਨਾਲ ਫ੍ਰੀ ਬਿਜਲੀ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ, ਤੁਸੀਂ ਉਹਨਾਂ ਅਮਾਊਂਟ ਉਹਨੇ ਬਿਜਲੀ ਦਾ ਪੈਸਾ ਕਿਸਾਨ ਦੇ ਬੈਂਕ ਵਿੱਚ ਡਾਇਰੈਕਟ ਜਮ੍ਹਾਂ ਕਰਾਓ, DBT ਦੇ ਥਰੂ, ਡਾਇਰੈਕਟ ਬੈਂਕ ਟ੍ਰਾਂਸਫਰ, DBT ਸਕੀਮ ਹੈ, ਠੀਕ ਹੈ, ਅਤੇ ਉਹਨਾਂ ਪੈਸਾ ਜਮ੍ਹਾਂ ਕਰਾਓ ਅਤੇ ਕਿਸਾਨ ਖੁਦ ਉਹਦਾ ਪੈਸਾ ਦਾ ਯੂਜ਼ ਕਰਕੇ ਖੁਦ ਬਿੱਲ ਭਰਨ ਜਾਏਗਾ ਡਿਸਟ੍ਰੀਬਿਊਸ਼ਨ ਕੰਪਨੀਜ਼ ਕੋਲ, ਠੀਕ ਹੈ, ਅਤੇ ਇਸ ਨਾਲ ਕੀ ਹੋਏਗਾ, ਜਦੋਂ ਕਿਸਾਨ ਦਾ ਉਹ ਪੈਸਾ ਖਤਮ ਹੋ ਜਾਏਗਾ ਜਿਹੜਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਥਰੂ ਆਇਆ, ਤਾਂ ਉਹ ਆਪਣੇ ਆਪ ਘਟਾਏਗਾ ਆਪਣੀ ਬਿਜਲੀ ਦੀ ਵਰਤੋਂ ਕਿ ਹੁਣ ਇਸ ਤੋਂ ਬਾਅਦ ਤਾਂ ਮੈਂ ਆਪ ਹੀ ਬਿੱਲ ਪੇ ਕਰਨਾ ਹੈ, ਠੀਕ ਹੈ, ਤਾਂ ਦਿਸ ਵਾਜ਼ ਅ ਵੈਰੀ ਗੁੱਡ ਇਨੀਸ਼ੀਏਟਿਵ DBT ਦੇ ਅੰਡਰ, ਇਹ ਤੁਸੀਂ ਲਿਖ ਸਕਦੇ ਹੋ, ਅਤੇ ਇਹ ਤਾਂ ਨਾਲ ਹੀ ਅੱਜ ਦੇ ਸਾਰੇ ਟੋਪਿਕ ਖਤਮ ਹੁੰਦੇ ਨੇ. ਦੇਖੋ, ਗਰਾਊਂਡ ਵਾਟਰ ਇੱਕ ਬਹੁਤ ਵੱਡਾ ਇਸ਼ੂ ਹੈ ਅਤੇ ਇਸ 'ਤੇ ਸਵਾਲ ਬਹੁਤ ਆਉਂਦੇ ਨੇ. ਇਹ ਵਾਲਾ ਕੁਐਸਚਨ ਮੈਂ ਚੱਕਿਆ ਹੈ ਨੈਸ਼ਨਲ ਪਾਰਕ ਦੇ ਉੱਤੇ. ਫਸਟ ਆਪਾਂ ਜਿਹੜਾ ਫਸਟ ਨਿਊਜ਼ ਵਿੱਚ ਪੜ੍ਹਿਆ ਕੂਨੋ ਨੈਸ਼ਨਲ ਪਾਰਕ, ਇਹ ਜਿਹੜਾ ਕੁਐਸਚਨ ਆਇਆ ਹੈ ਇਹ ਆਇਆ ਹੈ ਇੱਕ ਦੂਸਰੇ ਨੈਸ਼ਨਲ ਪਾਰਕ ਦੇ, ਉਹਦਾ ਪਾਰਕ ਦਾ ਨਾਮ ਆਂਸਰ ਵਿੱਚ ਛੁਪਿਆ ਹੋਇਆ ਹੈ. ਆਪਾਂ ਆਪਸ਼ਨਸ ਦੇਖਦੇ ਹਾਂ. ਕੁਐਸਚਨ ਹੈ ਕਿ ਵਿਚ ਆਫ ਦ ਫੋਲੋਇੰਗ ਨੈਸ਼ਨਲ ਪਾਰਕਸ ਹੈਜ਼ ਅ ਕਲਾਈਮੇਟ ਦੈਟ ਵੇਰੀਜ਼ ਫਰੋਮ ਟ੍ਰੋਪੀਕਲ ਟੂ ਸਬ ਟ੍ਰੋਪੀਕਲ, ਟੈਂਪਰੇਟ ਐਂਡ ਆਰਕਟਿਕ. ਦੇਖੋ, ਇੰਡੀਆ ਵੈਸੇ ਹੀ ਬਹੁਤ ਡਾਇਵਰਸ ਕੰਟਰੀ ਹੈ ਇਨ ਟਰਮਸ ਆਫ ਐਵਰੀਥਿੰਗ ਇੰਕਲੂਡਿੰਗ ਕਲਾਈਮੇਟ. ਕਲਾਈਮੇਟ ਹਰ ਤਰ੍ਹਾਂ ਦਾ ਕਲਾਈਮੇਟ ਜਿਹੜਾ ਦੁਨੀਆ ਵਿੱਚ ਪਾਇਆ ਜਾਂਦਾ ਉਹ ਇੰਡੀਆ ਵਿੱਚ ਵੀ ਪਾਇਆ ਜਾਂਦਾ ਹੈ. ਅਤੇ ਉਹ ਕਹਿ ਰਿਹਾ ਕਿ ਇਹੋ ਜਿਹਾ ਕਿਹੜਾ ਨੈਸ਼ਨਲ ਪਾਰਕ ਹੈ ਇੰਡੀਆ ਵਿੱਚ ਜਿਸ 'ਚ ਆਹ 3-4 ਤਰ੍ਹਾਂ ਦੇ ਟ੍ਰੋਪੀਕਲ ਵੀ ਪਾਇਆ ਜਾਵੇ, ਸਬ ਟ੍ਰੋਪੀਕਲ ਵੀ ਪਾਇਆ ਜਾਵੇ, ਟੈਂਪਰੇਟ ਅਤੇ ਆਰਕਟਿਕ. ਦੇਖੋ, ਇਹ ਜਿਹੜੇ ਕਲਾਈਮੇਟਸ ਨੇ ਆਪਾਂ ਵਰਲਡ ਲੈਵਲ 'ਤੇ ਪੜ੍ਹਦੇ ਹਾਂ, ਹੈ ਨਾ, ਕਿ ਦੇਖੋ ਆ ਗਿਆ ਇਕੁਏਟੋਰੀਅਲ ਕਲਾਈਮੇਟ, ਇੱਥੇ ਹੈ ਆਰਕਟਿਕ ਕਲਾਈਮੇਟ, ਠੀਕ ਹੈ, ਜਿਹੜੇ ਇੰਡੀਆ ਦਾ ਸਾਊਥ ਇੰਡੀਆ ਵਾਲਾ ਪਾਰਟ ਹੈ, ਠੀਕ ਹੈ, ਇੱਧਰੋਂ ਟ੍ਰੋਪਿਕ ਆਫ ਕੈਂਸਰ ਗੁਜ਼ਰ ਰਿਹਾ ਤਾਂ ਇੱਥੇ ਟ੍ਰੋਪੀਕਲ ਕਲਾਈਮੇਟ ਹੈ, ਇਹ ਸਭ ਟ੍ਰੋਪੀਕਲ ਏਰੀਆ ਵਿੱਚ ਆਉਂਦਾ ਹੈ, ਜਿਹੜੇ ਲਕਸ਼ਦੀਪ ਇੱਥੇ ਟ੍ਰੋਪੀਕਲ ਹੈ, ਅੰਡਮਾਨ 'ਚ ਟ੍ਰੋਪੀਕਲ ਹੈ. ਤਾਂ ਕਹਿ ਰਿਹਾ ਕਿ ਕਿਹੜਾ ਇੱਕ ਇਹੋ ਜਿਹਾ ਨੈਸ਼ਨਲ ਪਾਰਕ, ਦੇਖੋ ਨੈਸ਼ਨਲ ਪਾਰਕ ਵੱਧ ਤੋਂ ਵੱਧ ਕਿੰਨਾ ਵੱਡਾ ਹੋਏਗਾ, ਅਤੇ ਉਹਦੇ ਵਿੱਚ ਹੀ ਤੁਸੀਂ ਕਹਿ ਰਹੇ ਹੋ ਕਿ ਸਾਰੇ ਕਲਾਈਮੇਟ ਪਾਏ ਜਾਣ. ਵੈਰੀ ਇੰਟਰਸਟਿੰਗ ਕੁਐਸਚਨ, ਬਹੁਤ ਲੋਕਾਂ ਦਾ ਗਲਤ ਹੋਇਆ, ਜਿਹੜਿਆਂ ਦਾ ਜੋਗ੍ਰਫੀ ਆਪਸ਼ਨਲ ਸੀ ਜਾਂ ਜਿਹੜੇ ਜੋਗ੍ਰਫੀ ਦੇ ਐਕਸਪਰਟ ਸੀ ਉਹਨਾਂ ਦਾ ਹੀ ਸਹੀ ਹੋਇਆ. ਆਂਸਰ ਹੈ ਇਹਦਾ ਨਾਮਦਾਫਾ ਨੈਸ਼ਨਲ ਪਾਰਕ. ਦੇਖੋ, ਨਾਮਦਾਫਾ ਨੈਸ਼ਨਲ ਪਾਰਕ ਜਿਹੜਾ ਹੈ ਇਹ ਨੌਰਥ ਈਸਟ ਵਿੱਚ ਜਿਹੜਾ ਅਰੁਣਾਚਲ ਪ੍ਰਦੇਸ਼ ਸਟੇਟ ਹੈ ਉੱਥੇ ਪਾਇਆ ਜਾਂਦਾ ਹੈ. ਇਹਦਾ ਤੁਸੀਂ ਇੱਦਾਂ ਵੀ ਹਿਸਾਬ ਲਗਾ ਸਕਦੇ ਹੋ ਕਿ ਦੇਖੋ ਬਾਕੀ ਜਿਹੜੇ ਨੈਸ਼ਨਲ ਪਾਰਕ ਨੇ ਅਤੇ ਜਿਹੜਾ ਨਾਮਦਾਫਾ ਹੈ, ਦਿਸ ਇਜ਼ ਪਾਰਟ ਆਫ ਹਿਮਾਲਿਆਸ, ਅਤੇ ਉੱਥੇ ਜਿਹੜੀ ਹਾਈਟ ਦਾ ਡਿਫਰੈਂਸ ਹੈ ਐਜ਼ ਕੰਪੇਅਰ ਟੂ ਜਿਹੜੇ ਨੌਰਥ ਦੇ ਹਿਮਾਲਿਆਸ ਨੇ, ਜਿਹੜਾ ਅਰੁਣਾਚਲ ਪ੍ਰਦੇਸ਼ ਦੇ ਹਿਮਾਲਿਆਸ ਨੇ, ਉੱਥੇ ਹਾਈਟ ਦਾ ਡਿਫਰੈਂਸ ਬਹੁਤ ਜ਼ਿਆਦਾ ਹੈ. ਜਦੋਂ ਹਾਈਟ ਦਾ ਡਿਫਰੈਂਸ ਆ ਜਾਏਗਾ ਐਂਡ ਯੂ ਨੋ ਕਿਉਂਕਿ ਉਹ ਨੌਰਥ ਈਸਟ ਵਿੱਚ ਹੈ ਤਾਂ ਉੱਥੇ ਬਾਰਿਸ਼ ਬਹੁਤ ਆਏਗੀ, ਮੌਨਸੂਨ, ਜਿਵੇਂ ਚਿਹਰਾ ਪੁੰਜ ਤੁਹਾਨੂੰ ਯਾਦ ਹੋਏਗਾ, ਮੌਸਮ ਰੂਮ ਯਾਦ ਹੋਏਗਾ, ਅਤੇ ਬਾਰਿਸ਼ ਉੱਥੇ ਬਹੁਤ ਜ਼ਿਆਦਾ ਪੈਂਦੀ ਹੈ ਸਾਊਥ ਵੈਸਟ ਅਤੇ ਨੌਰਥ ਈਸਟ. ਤਾਂ ਬਾਰਿਸ਼ ਆ ਗਈ ਤਾਂ ਟ੍ਰੋਪੀਕਲ ਸਬ ਟ੍ਰੋਪੀਕਲ ਕਲਾਈਮੇਟ ਤੁਸੀਂ ਥੋੜ੍ਹਾ ਆਈਡੀਆ ਲਗਾ ਸਕਦੇ ਹੋ ਕਿ ਇਹੋ ਜਿਹਾ ਕਲਾਈਮੇਟ ਹੋਏਗਾ. ਐਟ ਦ ਸੇਮ ਟਾਈਮ ਹਿਮਾਲਿਆਸ ਨੇ ਤਾਂ ਆਰਕਟਿਕ ਅਤੇ ਟੈਂਪਰੇਟ ਕਲਾਈਮੇਟ ਵੀ ਤੁਸੀਂ ਜੱਜ ਕਰ ਸਕਦੇ ਹੋ. ਐਂਡ ਦਿਸ ਵਾਜ਼ ਦ ਓਨਲੀ ਨੈਸ਼ਨਲ ਪਾਰਕ ਜਿਹੜਾ ਨੌਰਥ ਈਸਟ ਵਿੱਚ ਹਿਮਾਲਿਆਸ ਵਿੱਚ ਪਾਇਆ ਜਾਂਦਾ. ਤੁਹਾਨੂੰ ਇੰਨਾ ਵੀ ਪਤਾ ਹੁੰਦਾ ਨਾ ਕਿ ਇਹ ਨੌਰਥ ਈਸਟ ਵਿੱਚ ਹੈ, ਅਰੁਣਾਚਲ ਪ੍ਰਦੇਸ਼ ਵਿੱਚ ਹੈ, ਐਂਡ ਅਰੁਣਾਚਲ ਪ੍ਰਦੇਸ਼ ਵਿੱਚ ਹੈ ਤਾਂ ਹਿਮਾਲਿਆਸ ਦੀ ਜਿਹੜੀ ਚੇਨ ਜਾਂਦੀ ਹੈ ਪੂਰੀ ਉਹਦਾ ਪਾਰਟ ਹੈ. ਯੂ ਕੁਡ ਹੈਵ ਈਜ਼ੀਲੀ ਅਟੈਂਪਟਡ ਦਿਸ ਕੁਐਸਚਨ, ਐਟਲੀਸਟ ਤੁੱਕਾ ਲਗਾ ਸਕਦੇ ਸੀ ਇੰਨੀ ਅੰਡਰਸਟੈਂਡਿੰਗ ਨਾਲ, ਇੱਕ ਲੋਜੀਕਲ ਕਹਿੰਦੇ ਨਾ ਲੋਜੀਕਲ ਤੁੱਕਾ, ਕੈਲਕੂਲੇਟਡ ਰਿਸਕ ਲੈ ਸਕਦੇ ਸੀ, ਤਾਂ ਤੁਸੀਂ ਈਜ਼ੀਲੀ ਇਹ ਆਪਸ਼ਨ 'ਤੇ ਆ ਸਕਦੇ ਸੀ. ਠੀਕ ਹੈ, ਇਸ ਦੇ ਨਾਲ ਹੀ ਅੱਜ ਦਾ ਸੈਸ਼ਨ ਖਤਮ ਹੁੰਦਾ ਹੈ. ਅੱਜ ਦੋਨੇ ਟੋਪਿਕ ਆਪਣੇ ਇਨਵਾਇਰਮੈਂਟ ਦੇ ਸੀਗੇ ਅਤੇ ਬਹੁਤ ਇੰਟਰਸਟਿੰਗ ਟੋਪਿਕ ਸੀਗੇ. ਇਨਵਾਇਰਮੈਂਟ ਦੇ ਟੋਪਿਕਸ ਕਦੇ ਨਾ ਛੱਡਿਓ, ਕੋਈ ਵੀ ਨਿਊਜ਼ ਵਿੱਚ ਆਉਂਦਾ ਉਹਨੂੰ ਪ੍ਰੋਪਰ ਡਿਟੇਲ ਵਿੱਚ ਪੜ੍ਹਿਓ ਅਤੇ ਉਹਦੇ ਨਾਲ ਪ੍ਰੀਵੀਅਸ ਈਅਰ ਕੁਐਸਚਨ ਜ਼ਰੂਰ ਸੋਲਵ ਕਰੋ. ਅਤੇ ਕੱਲ੍ਹ ਆਪਾਂ ਮਿਲਾਂਗੇ 21 February ਦੇ ਟ੍ਰਿਬਿਊਨ ਦੇ ਨਿਊਜ਼ਪੇਪਰ ਨਾਲ. ਉਦੋਂ ਤੱਕ ਸਨੇਹ ਕਨੈਕਟਡ. ਥੈਂਕ ਯੂ.